ਜਲੰਧਰ ਦੀ ਚੋਣ ਪੰਜਾਬ ਦੇ ਸਿਆਸੀ ਨਕਸ਼ ਨਿਰਧਾਰਿਤ ਕਰੇਗੀ, ਇਹਦੇ 'ਚ ਕੋਈ ਦੋ ਰਾਵਾਂ ਨਹੀਂ। ਤੇ ਦੂਜੇ ਪੰਨੇ ਇਸੇ ਹੀ ਮੌਕੇ ਤੇ ਸਿੱਖ ਮਾਮਲੇ ਬੜੀ ਤੇਜ਼ੀ ਨਾਲ ਉੱਭਰੇ ਨੇ ਔਰ ਇਤਿਹਾਸ ਨਾਲ ਛੇੜਛਾੜ ਦਾ ਜ਼ਿਕਰ ਵੀ ਆ ਰਿਹਾ। ਅਕਾਲੀ ਦਲ ਜਲੰਧਰ ਦੀ ਜ਼ਿਮਨੀ ਚੋਣ ਖੁਦ ਲੜੇਗਾ ਔਰ ਬਸਪਾ ਉਹਦਾ ਸਹਿਯੋਗ ਕਰੇਗੀ। ਕਾਂਗਰਸ ਨਵਜੋਤ ਸਿੰਘ ਸਿੱਧੂ ਦੇ ਨਜ਼ਰੀਏ ਤੋਂ ਇੱਕ ਵਾਰੀ ਫਿਰ ਮੁਰਲੀਆਂ ਸਫਾਂ 'ਚ ਸੁਰਖੀਆਂ ਬਟੋਰ ਰਹੀ ਆ, ਲੇਕਿਨ ਬੀਜੇਪੀ ਨੇ ਅਜੇ ਆਪਣਾ ਕੈਂਡੀਡੇਟ ਨਿਰਧਾਰਿਤ ਨਹੀਂ ਕੀਤਾ। ਸਾਡਾ ਫੋਕਸ ਜਲੰਧਰ ਦੀ ਚੋਣ ਰਹੇਗਾ, ਲੇਕਿਨ ਉਹਦੇ ਵਿੱਚ ਵੀ ਜ਼ਿਆਦਾ ਅਹਿਮ ਕਿ ਅਕਾਲੀ ਦਲ ਕਿੰਨਾ ਮੁੱਦਿਆਂ ਤੇ ਇਲੈਕਸ਼ਨ ਲੜੇਗਾ ਜਦੋਂ ਕਿ ਹੁਣ ਉਹਨੇ ਆਪਣਾ ਕੈਂਡੀਡੇਟ ਦੇਣਾ ਹੈ। ਇਸੇ ਸਮੇਂ ਸ਼੍ਰੋਮਣੀ ਕਮੇਟੀ ਆਨੰਦਪੁਰ ਸਾਹਿਬ ਦੇ ਮਤੇ ਦੇ ਉੱਤੇ ਹਰਖਜਾਰ ਕਰ ਰਹੀ ਹੈ ਕਿ ਜਿਹੜਾ ਇਤਿਹਾਸ ਹੈ ਉਹਨੂੰ ਵਿਗਾੜਿਆ ਜਾ ਰਿਹਾ ਔਰ ਇਤਿਹਾਸ ਆਖਿਰ ਵਿਗਾੜਨ ਦੇ ਪਿੱਛੇ ਮਨਸ਼ਾ ਕੀ ਹੁੰਦੀ ਆ, ਇਹ ਸਾਰੇ ਸਵਾਲ ਕਲੱਬ ਕਰਦੇ ਆ ਪੰਜਾਬ ਦੇ ਧਰਾਤਲ ਤੇ ਬਹਿ ਕੇ ਇਹਨਾਂ ਮਾਮਲਿਆਂ ਵੱਲ ਕੰਡ ਕਰਨੀ ਪਿੱਠ ਕਰਨੀ ਸੰਭਵ ਨਹੀਂ ਹੁੰਦੀ। ਸੋ ਜਿਹੜੇ ਵੱਡੇ ਜਰਨਲਿਸਟ ਮੇਰੇ ਨਾਲ ਨੇ, ਸਰਦਾਰ ਜਗਤਾਰ ਸਿੰਘ ਜੀ ਹਿਸਟੋਰੀਅਨ ਨੇ, ਆਥਰ ਨੇ ਔਰ ਤਾ ਉਮਰ ਇਹਨਾਂ ਨੇ ਜਰਨਲਿਜ਼ਮ ਕੀਤੀ ਆ ਔਰ ਪੁਖਤਾ ਜਰਨਲਿਜ਼ਮ ਕੀਤੀ ਆ, ਇੰਡੀਅਨ ਐਕਸਪ੍ਰੈਸ ਨਾਲ ਜੁੜੇ ਰਹੇ ਔਰ ਦੂਜੇ ਸਾਡੇ ਕੋਲ ਮਹਿਮਾਨ ਨੇ ਸਰਦਾਰ ਜਸਪਾਲ ਸਿੰਘ ਸਿੱਧੂ। ਇਹਨਾਂ ਨੇ ਔਖੇ ਚੰਗੇ ਮਾੜੇ ਸਾਰੇ ਦੌਰ ਰਿਪੋਰਟ ਕੀਤੇ ਆ, UNI ਨਾਲ ਰਹੇ ਨੇ। ਇਹਨਾਂ ਦੀ ਕਿਤਾਬ ਬਲੂ ਸਟਾਰ ਆਪਰੇਸ਼ਨ ਦੇ ਦੌਰ ਦੀ ਬੜੀ ਚਰਚਿਤ ਹੈ ਔਰ ਇਹਨਾਂ ਦਾ ਆਪਣਾ ਅਨੁਭਵ ਵੀ ਵਿਸ਼ਾਲ ਹੈ। ਮੈਂ ਦੋਨਾਂ ਨੂੰ ਜੀ ਆਇਆਂ ਆਖਦਾ। ਥੈਂਕ ਯੂ, ਧੰਨਵਾਦ ਜੀ, ਧੰਨਵਾਦ ਜੀ। ਪੰਜਾਬ ਨੂੰ ਸਮਝਣ ਸਮਝਾਉਣ ਲਈ ਸਾਡੇ ਕੋਲ ਕੋਈ ਬਹੁਤੇ ਪਸਾਰ ਨਹੀਂ ਹੁੰਦੇ। ਉਹੀ ਲੋਕ ਜਿਨ੍ਹਾਂ ਨੇ ਇਹਨਾਂ ਨੂੰ ਸਾਲਾਂ ਤੱਕ ਹੰਡਾਇਆ ਵੀ ਹੁੰਦਾ ਤੇ ਸਮਝਿਆ ਵੀ ਹੁੰਦਾ। ਸੋ ਸਭ ਤੋਂ ਪਹਿਲਾਂ ਸਰਦਾਰ ਜਗਤਾਰ ਸਿੰਘ ਜੀ, ਅਸੀਂ ਤੁਹਾਡੇ ਜ਼ਰੀਏ ਇਹ ਸਮਝਣਾ ਚਾਹਾਂਗੇ ਦਰਸ਼ਕਾਂ ਲਈ, ਅਕਾਲੀ ਦਲ ਕਾਫੀ ਹਿਚਕਚਾਹਟ ਤੋਂ ਬਾਅਦ ਅੱਜ ਐਲਾਨ ਕਰ ਦਿੰਦਾ ਸੁਖਬੀਰ ਸਿੰਘ ਬਾਦਲ ਕਿ ਇਹ ਸੀਟ ਅਕਾਲੀ ਦਲ ਲੜੇਗਾ। ਹੁਣ ਕੱਲ ਤੱਕ ਅਸਮੰਜਸ ਸੀ ਔਰ ਇੱਕ ਵਾਰੀ ਬਸਪਾ ਇਹ ਕਹਿ ਚੁੱਕੀ ਸੀ ਕਿ ਭੈਣ ਮਾਇਆਵਤੀ ਫੈਸਲਾ ਕਰਨਗੇ, ਫਿਰ ਉਹਨਾਂ ਆਪਣਾ ਜਿਹੜਾ ਪ੍ਰੈਸ ਨੋਟ ਸੀ ਵਾਪਸ ਲੈ ਕੇ ਦੁਬਾਰਾ ਰਿਪੀਟਡਲੀ ਭੇਜਿਆ ਕਿ ਨਹੀਂ, ਭੈਣ ਮਾਇਆਵਤੀ ਜੀ ਤੇ ਅਕਾਲੀ ਦਲ ਦੇ ਸਰਦਾਰ ਸੁਖਬੀਰ ਸਿੰਘ ਬਾਦਲ ਡਿਸਾਈਡ ਕਰਨਗੇ। ਲੇਕਿਨ ਅੱਜ ਸਾਂਝੀ ਪ੍ਰੈਸ ਕਾਨਫਰੰਸ ਦੇ ਵਿੱਚ ਅਕਾਲੀ ਉਮੀਦਵਾਰ ਆਉਣ ਦੀ ਗੱਲ ਹੋ ਗਈ ਆ। ਅੱਜ ਨਵਜੋਤ ਸਿੰਘ ਸਿੱਧੂ ਥੋੜਾ ਜਿਹਾ ਤਲਖ ਤਰੀਕੇ ਨਾਲ ਭਗਵੰਤ ਮਾਨ ਦੇ ਸਾਹਮਣੇ ਹੋਏ ਆ ਜਲੰਧਰੋਂ, ਔਰ ਉਹ ਵੀ ਚੌਧਰੀ ਸਾਹਿਬ ਦੇ ਮਰਹੂਮ ਚੌਧਰੀ ਸਾਹਿਬ ਦੇ ਘਰੋਂ। ਅਜੇ ਤੱਕ ਬੀਜੇਪੀ ਨੇ ਕੈਂਡੀਡੇਟ ਅਨਾਉਂਸ ਨਹੀਂ ਕੀਤਾ, ਇਹ ਸਾਰੀਆਂ ਪਰਿਸਥਿਤੀਆਂ ਨੇ। ਸਭ ਤੋਂ ਪਹਿਲਾਂ ਮੈਨੂੰ ਉੱਥੋਂ ਦੇ ਸੀਨ ਨਾਲ ਸਾਂਝ ਪਵਾਇਓ ਤੇ ਅਕਾਲੀ ਨਜ਼ਰੀਆ ਜਿਹੜਾ ਉਹ ਕਿਸ ਤਰੀਕੇ ਨਾਲ ਅੱਗੇ ਵੱਧਦਾ ਵੇਖ ਰਹੇ ਆ, ਤੇ ਇਹ ਮੁੱਦਾ ਕੋਈ ਨਵੇਂ ਤਰੀਕੇ ਨਾਲ ਪੇਸ਼ ਕਰਨਗੇ ਜਾਂ ਉਹੀ ਸਿਆਸਤ ਜਿਹੜੀ ਦੋਸ਼ ਪ੍ਰਤੀ ਦੋਸ਼ ਦੀ ਆ ਉੱਥੋਂ ਤੱਕ ਸੀਮਤ ਹੈ ਕੰਮ। ਕੱਲ ਤੱਕ ਜਿਹੜੇ ਅਕਾਲੀ ਸੋਰਸਿਸ ਸੀਗੇ ਉਧਰੋਂ ਇਹ ਆ ਰਹੀ ਸੀ ਕਿ ਪੋਸੀਬਿਲਿਟੀ ਜ਼ਿਆਦਾ ਇਹ ਹੈ ਕਿ ਇਹ ਸੀਟ BSP ਨੂੰ ਆਫਰ ਕੀਤੀ ਜਾਏਗੀ। ਆਪਾਂ ਜੇ ਧਿਆਨ ਕਰੀਏ ਪਿੱਛੇ ਤੇ ਜਦੋਂ ਇਹ ਕਾਫੀ ਦੇਰ ਪਹਿਲਾਂ ਮੈਡਮ ਮਾਇਆਵਤੀ ਨੇ ਅਨਾਊਂਸ ਕਰਤਾ ਸੀ ਕਿ ਸਾਡੀ ਪਾਰਟੀ ਚੋਣ ਨਹੀਂ ਲੜੇਗੀ, ਤੇ ਉਸ ਤੋਂ ਬਾਅਦ ਜੇ ਮੈਂ ਯਾਦ ਕਰਦਾ ਹਾਂ ਤੇ ਸੁਖਬੀਰ ਜੀ ਉਹਨੂੰ ਮਿਲਣ ਗਏ ਸੀ ਉਹਨਾਂ ਨੂੰ, ਤੇ ਉਸ ਤੋਂ ਬਾਅਦ ਪਾਰਟੀ ਨੇ ਕਿਹਾ ਸੀ ਕਿ ਅਸੀਂ ਮਿਲ ਕੇ ਬੈਠ ਕੇ ਫੈਸਲਾ ਕਰਾਂਗੇ। ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਪਹਿਲਾਂ ਸੁਖਬੀਰ ਜੀ ਨੇ ਅਨਾਊਂਸ ਕੀਤਾ ਕਿ ਪਾਰਟੀ ਸਾਡੀ ਚੋਣ ਲੜੇਗੀ, ਤੇ ਉਸ ਤੋਂ ਬਾਅਦ BSP ਦੇ ਜਿਹੜੇ ਇੰਚਾਰਜ ਹੈ ਇਸ ਚੋਣ ਦੇ ਉਹ ਵੀ ਬੈਠੇ ਸੀਗੇ, ਉਹਨਾਂ ਨੇ ਅਲੱਗ ਨਾਲ ਅਨਾਊਂਸਮੈਂਟ ਕੀਤੀ। ਸੋ BSP ਹਿਚਕਟਾਟ ਰਹੀ ਸੀ ਸ਼ੁਰੂ ਤੋਂ ਹੀ, ਤੇ ਇਹ ਗੱਲ ਕਹੀ ਜਾ ਰਹੀ ਸੀ ਕਿ ਇਹ ਉਸ ਪਾਰਟੀ ਦੇ ਵੱਲੋਂ ਕਿ ਇਹ ਅਕਾਲੀ ਦਲ ਹੀ ਚੋਣ ਲੜੇਗਾ ਜੀ। ਅਕਾਲੀ ਦਲ ਹਜੇ ਉਸ ਹੀ ਸਿਚੁਏਸ਼ਨ 'ਚ ਹੈ ਜਿਸ ਸਿਚੁਏਸ਼ਨ ਦੇ ਵਿੱਚ ਇਹ ਸੰਗਰੂਰ ਬਾਈ ਇਲੈਕਸ਼ਨ ਤੋਂ ਪਹਿਲਾਂ ਸੀ। ਹਜੇ ਕੋਈ ਮੇਜਰ ਇਹਦੇ 'ਚ ਜਿਹੜੀ ਚੇਂਜ ਕੁਆਲਿਟੇਟਿਵ ਨਜ਼ਰ ਆਉਣੀ ਚਾਹੀਦੀ ਹੈ ਜਾਂ ਆਰਗੇਨਾਈਜੇਸ਼ਨ ਆਉਣੀ ਚਾਹੀਦੀ ਹੈ ਉਹ ਤਾਂ ਕੋਈ ਆਈ ਨਹੀਂ ਗੀ। ਸੋ ਉਸ ਸਿਚੁਏਸ਼ਨ 'ਚ ਪਾਰਟੀ ਚੋਣ ਲੜ ਰਹੀ ਹੈ, ਤੇ ਉਹ ਚੰਗੀ ਗੱਲ ਹੈ ਕਿ ਨਵਾਂ ਇੱਕ ਚੈਲੇਂਜ ਪਾਰਟੀ ਨੂੰ ਸਾਹਮਣੇ ਆ ਰਿਹਾ ਹੈ। ਲੇਕਿਨ ਜਿਹੜੇ ਇਸ਼ੂਸ ਨਜ਼ਰ ਆ ਰਹੇ ਆ ਉਹ ਤਾਂ ਜੇ ਆਪਾਂ ਅੱਜ ਦੀ ਪ੍ਰੈਸ ਕਾਨਫਰੰਸ ਤੋਂ ਵੀ ਦੇਖੀਏ ਉਹੀ ਰੁਟੀਨ ਜੀ ਗੱਲਾਂ ਹੋ ਰਹੀਆਂ ਸਾਰੀਆਂ ਜੀ। ਜਿਹੜੇ ਅੱਛਾ ਇਸ਼ੂ ਜੀ ਇਸ ਵੇਲੇ ਪੰਥ ਦੇ ਸਾਹਮਣੇ ਨਜ਼ਰ ਆ ਰਹੇ ਹੈ ਉਹਨਾਂ ਦੀ ਗੱਲ ਸੁਖਬੀਰ ਜੀ ਨੇ ਬਿਲਕੁਲ ਹੀ ਨਹੀਂ ਕੀਤੀ। ਮਸਲਨ ਕੱਲ ਤਲਵੰਡੀ ਸਾਬੋ ਜਥੇਦਾਰ ਕੱਲ ਤਖਤ ਨੇ ਇੱਕ ਮੀਟਿੰਗ ਬੁਲਾਈ ਸੀ ਜਰਨਲਿਸਟਾਂ ਦੀ ਕਿ ਸਿੱਖ ਕੌਮ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਸੋ ਲੱਗਦਾ ਇਹ ਸੀ ਕਿ ਸੁਖਬੀਰ ਜੀ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਆ ਤੇ ਜੋ ਕੁਛ ਕੱਲ ਉੱਥੇ ਹੋਇਆ ਤੇ ਉਹਦੀ ਸਪੋਰਟ ਕਰਨਗੇ, ਜਾਂ ਸਪੋਰਟ ਕਰਨ ਤੋਂ ਮਤਲਬ ਇਹ ਹੁੰਦਾ ਕਿ ਵਾਈਡਰ ਪਾਰਟੀਸਪੇਸ਼ਨ ਪਾਰਟੀ ਦੀ ਜਾਂ ਸਿੱਖ ਸੰਸਥਾਵਾਂ ਦੀ ਉਸ ਨੈਰੇਟਿਵ ਦੇ ਵਿੱਚ
ਐਕਸਪੈਕਟਡ ਹੈ ਕਿ ਹੋਣੀ ਚਾਹੀਦੀ ਹੈ। ਜਦੋਂ ਸਿੱਖਾਂ ਨੂੰ ਬਦਨਾਮ ਕਰਨ ਦੀ ਗੱਲ ਆ ਰਹੀ ਹੈ ਤਾਂ ਮੈਂ ਇਹ ਐਕਸਪੈਕਟ ਜ਼ਰੂਰ ਕਰੂੰਗਾ ਕਿ ਜਿਹੜੀਆਂ ਸਿੱਖ ਜਥੇਬੰਦੀਆਂ ਸਾਰੀਆਂ ਹੈ ਉਹ ਇਸ ਨੈਰੇਟਿਵ ਦਾ ਪਾਰਟ ਬਣ, ਜੇ ਇਨੀਸ਼ੀਏਟਿਵ ਕੋਈ ਵਧੀਆ ਲਿਆ ਗਿਆ ਹੈ ਤਾਂ ਉਹਨੂੰ ਅੱਗੇ ਤੋਰਨਾ ਚਾਹੀਦਾ ਹੈ। ਸੋ ਉਹ ਮਿਸਿੰਗ ਸੀ ਅੱਜ। ਚਲੋ ਇਲੈਕਸ਼ਨ ਲੜਨਾ ਇਹ ਹੁਣ ਇਹਨਾਂ ਵਾਸਤੇ ਚੈਲੇਂਜ ਹੈ। ਅਤੇ ਦੂਜੀ ਗੱਲ ਮੈਂ ਨਾਲ ਹੀ ਕਰ ਦਿੰਦਾ ਇਹਦੇ, ਕਿਉਂਕਿ ਉਹ ਵੀ ਗੱਲ ਇਹਨਾਂ ਨੇ ਅੱਜ ਨਹੀਂ ਛੋਹੀ। SGPC ਦਾ ਬਿਆਨ ਜ਼ਰੂਰ ਕਰ ਲੱਗ ਗਿਆ ਸੀ, ਉਹ ਸੀ ਅਨੰਦਪੁਰ ਸਾਹਿਬ ਦੇ ਮਤੇ ਨੂੰ ਵਿਗਾੜ ਕੇ ਪੇਸ਼ ਕਰਨ ਦੀ ਗੱਲ, ਜਿਹੜੀ NCERT ਦੀ ਕਿਤਾਬਾਂ ਹੈਗੀਆਂ ਉਹਨਾਂ 'ਚ ਸਿੱਖਾਂ ਨੂੰ ਫਿਰ ਲੈਵਲ 'ਤੇ ਆ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਿਵੇਂ ਹੋ ਰਹੀ ਹੈ ਅਤੇ ਅਨੰਦਪੁਰ ਸਾਹਿਬ ਦਾ ਮਤੇ ਨੂੰ ਵਕਫਾ ਦੇ ਕਿਵੇਂ ਦਰਸਾਇਆ ਜਾ ਰਿਹਾ ਹੈ ਇਸ ਇਸ਼ੂ ਨੂੰ ਲੈ ਕੇ। ਇਹ ਇਸ ਇਸ਼ੂ 'ਤੇ ਜਿਹੜਾ ਸਪਸ਼ਟੀਕਰਨ ਬਣਦਾ ਹੈ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਬਣਦਾ ਹੈ। ਇਹ ਮਤਾ ਸ਼੍ਰੋਮਣੀ ਅਕਾਲੀ ਦਲ ਦਾ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਮਤਾ ਨਹੀਂ। ਸੋ ਉਹਨਾਂ ਨੂੰ ਅੱਜ ਇਸ ਇਸ਼ੂ 'ਤੇ ਕਲੈਰੀਫਾਈ ਕਰਨਾ ਚਾਹੀਦਾ ਸੀਗਾ। ਆਪਾਂ ਗੱਲ ਅੱਗੇ ਤੋਰਦੇ ਹਾਂ, ਮੈਂ ਉਸ ਤੋਂ ਬਾਅਦ ਮਤਾ ਪੜ੍ਹ ਕੇ ਸੁਣਾਉਂਗਾ ਤੁਹਾਨੂੰ ਹੈ ਕੀ। ਜੀ, ਅਸਲ ਦੇ ਵਿੱਚ ਜਦੋਂ ਤੁਸੀਂ ਗੱਲ ਬਹੁਤ ਟਿਕਾਣਿਓ ਸ਼ੁਰੂ ਕੀਤੀ ਸੀਗੀ ਕਿ ਥੋੜ੍ਹੀ ਦੇਰ ਪਹਿਲਾਂ ਬਸਪਾ ਪ੍ਰਮੁੱਖ ਮਾਇਆਵਤੀ ਨੇ ਐਲਾਨ ਕਰਤਾ ਸੀ ਕਿ ਅਸੀਂ ਦੇਸ਼ ਦੇ ਵਿੱਚ ਕਿਸੇ ਨਾਲ ਵੀ ਗੱਠਜੋੜ ਨਹੀਂ ਕਰਨਾ, ਤੇ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਇਸ ਗੱਲ ਲਈ ਔਰ ਅਕਾਲੀ ਲੀਡਰਸ਼ਿਪ ਇਸ ਗੱਲ ਲਈ ਕਨਵਿੰਸਿੰਗ ਲਈ ਬਾਰ ਬਾਰ ਕਹਿੰਦੀ ਰਹੀ ਕਿ ਨਹੀਂ ਪੰਜਾਬ ਐਕਸੈਪਸ਼ਨ ਆ ਇਹਦੇ ਵਿੱਚ। ਫਿਰ ਉਹਦੇ 'ਚ ਸਫਾਈ ਆਈ ਬਾਅਦ ਦੇ ਵਿੱਚ ਕਿ ਨਹੀਂ ਪੰਜਾਬ ਨੂੰ ਛੱਡ ਕੇ ਬਸਪਾ ਦੀ ਲੀਡਰਸ਼ਿਪ ਵੱਲੋਂ, ਪਹਿਲਾਂ ਤਾਂ ਇਹ ਗੱਠਜੋੜ ਡਾਵਾਡੋਲ ਹੋ ਗਿਆ ਸੀ ਤੇ ਅੱਜ ਜਿਹੜੀ ਸਥਿਤੀ ਥੋੜੀ ਕਲੀਅਰ ਹੋਈ ਹੈ। ਸਰਦਾਰ ਸਿੱਧੂ ਸਾਹਿਬ, ਮੈਨੂੰ ਇੱਕ ਤਾਂ ਇਹ ਸਮਝਾਇਓ ਕਿ ਇਸ ਵੇਲੇ ਦਾ ਜਿਹੜਾ ਜਲੰਧਰ ਸੀਨ ਹੈ, ਇਸ ਸੀਨ ਦੇ ਵਿੱਚ ਰਵਾਇਤੀ ਤੌਰ ਤਰੀਕਿਆਂ ਨਾਲ ਹੀ ਇਲੈਕਸ਼ਨ ਲੜੀ ਜਾਊਗੀ, ਇਹਦੇ ਵਿੱਚ ਸਾਈਕੀ ਕੀ ਹੋਊਗੀ? ਕਿਉਂਕਿ ਕ੍ਰਿਸਚੀਅਨਸ ਨੇ ਵੀ ਆਣ ਕੇ ਨੌਕ ਕਰ ਦਿੱਤਾ, ਉਹ ਕਹਿੰਦੇ ਜੇ ਸਾਡੇ ਵੱਲ ਤੁਸੀਂ ਨਹੀਂ ਆਉਂਦੇ ਤੇ ਅਸੀਂ ਇਲੈਕਸ਼ਨ ਲੜਨ ਦੇ ਰੂਪ 'ਚ ਆਵਾਂਗੇ। ਇੱਥੇ ਦਲਿਤ ਵੋਟ ਦਾ ਅਕਸਰ ਰੌਲਾ ਪੈਂਦਾ ਰਿਹਾ ਔਰ ਦਲਿਤ ਵੋਟ ਬਸਪਾ ਦੇ ਕੈਂਡੀਡੇਟ ਨੂੰ ਪਿਛਲੀ ਵਾਰੀ 2 ਲੱਖ ਤੋਂ ਆਸ ਪਾਸ ਜਾ ਪਈ ਸੀਗੀ। ਹੁਣ ਜੇਕਰ ਬਸਪਾ ਦਾ ਕੈਂਡੀਡੇਟ ਹੁੰਦਾ ਤਾਂ ਕੁਦਰਤੀ ਉਹਨਾਂ ਦਾ ਆਪਣਾ ਜਿਹੜਾ ਇੱਕ ਬੈਂਕ ਆ ਉਹ ਉਹਨਾਂ ਪ੍ਰਤੀ ਸਮਰਪਿਤ ਹੁੰਦਾ ਤੇ ਕਾਂਗਰਸ ਵੀ ਦਲਿਤ ਵੋਟ ਤੇ ਖੇਡਦੀ ਰਹੀ ਹੈ। ਸਾਰੇ ਸੀਨ ਨੂੰ ਕਿਵੇਂ ਦੇਖ ਰਹੇ ਹੋ ਤੁਸੀਂ? ਦੇਖੋ, ਅਕਾਲੀ ਦਲ ਨੂੰ ਵੀ ਕੋਈ ਦਲਿਤ ਕੈਂਡੀਡੇਟ ਹੀ ਦੇਣਾ ਪਏਗਾ, ਉੱਥੇ ਦਲਿਤ ਕੈਂਡੀਡੇਟ ਹੀ ਉੱਥੇ ਬਣੇਗਾ। ਵੈਸੇ ਵੀ ਰਿਜ਼ਰਵ ਸੀਟ ਹੈ ਤੇ ਇਸ ਕਰਕੇ ਉੱਥੇ ਦਲਿਤ ਕੈਂਡੀਡੇਟ ਹੀ ਦੇਣਾ ਪਏਗਾ ਤੇ ਇਹਨਾਂ ਕੋਲੇ ਕੋਈ ਲੱਭ ਰਹੇ ਹੋਣਗੇ ਉਸ ਕਿਸਮ ਦਾ ਮਿਲ ਜਾਏਗਾ ਇਹਨਾਂ ਨੂੰ ਦਲਿਤ ਕੈਂਡੀਡੇਟ। ਪਰ ਜਿੱਥੋਂ ਤੱਕ ਇਹ ਡਿਵੈਲਪਮੈਂਟ ਹੋਈ ਹੈ ਵੀ ਅਕਾਲੀ ਦਲ ਖੁਦ ਲੜੇਗਾ ਤੇ ਉਹਨੂੰ ਵੀ ਆਪਣੇ ਹੌਟ ਵਾਟਰ ਨੂੰ ਟੈਸਟ ਕਰਨ ਦਾ ਕੀ ਕਿੱਥੇ ਜੇ ਉਹਨਾਂ ਦੀ ਪਲੇਸਿੰਗ ਹੈ, ਕੀ ਗੱਲਬਾਤ ਹੈ, ਕੋਈ ਗੇਨ ਕੀਤਾ ਲੂਜ਼ ਕੀਤਾ ਜਾਂ ਉੱਥੇ ਕਿਜੇ ਖੜੇ ਹੈ, ਤੇ ਇਹ ਵੀ ਮੌਕਾ ਹੈ ਤੇ ਉਹਨਾਂ ਨੂੰ ਟੈਸਟ ਕਰਨਾ ਚਾਹੀਦਾ ਵੀ ਅਸੀਂ ਕਿੱਥੇ ਕਿਜੇ ਖੜੇ ਹਾਂ ਪਾਰਟੀ ਦੇ ਲੈਵਲ ਤੇ ਲੜਨਾ ਚਾਹੀਦਾ ਵੀ ਹੈ। ਜਿੱਥੋਂ ਤੱਕ ਬਸਪਾ ਦਾ ਕੈਂਡੀਡੇਟ ਹੈ, ਉੱਥੇ ਪਹਿਲਾਂ ਵੀ ਇਲੈਕਸ਼ਨ ਲੜਿਆ ਸੀ, ਉਹਦੀ ਮੈਨੂੰ ਥੋੜ੍ਹੀ ਜਿਹੀ ਪਕੜ ਅੱਜ ਕੱਲ੍ਹ ਘੱਟ ਲੱਗਦੀ ਹੈ। ਮਾਇਆਵਤੀ ਵਾਲੀ ਸਾਈਡ ਤੋਂ ਵੀ ਸਪੋਰਟ ਪਤਾ ਲੱਗਿਆ ਘੱਟ ਹੈ, ਇਹ ਨਹੀਂ ਮੈਂ ਕੋਈ ਕਨਫਰਮ ਨਹੀਂ ਕਹਿ ਸਕਦੇ, ਪਰ ਲੱਗਦਾ ਹੈ ਇਸੇ ਕਰਕੇ ਅਕਾਲੀ ਦਲ ਨੂੰ ਹੁਣ ਛੱਡ ਰਹੇ ਹੈ ਤੇ ਅਕਾਲੀ ਦਲ ਨੂੰ ਲੜਨਾ ਪਏਗਾ। ਪਰ ਇਸ਼ੂ ਜਿਹੜੇ ਅਕਾਲੀ ਦਲ ਕੋਲੇ ਹੈ ਉਹ ਹਜੇ ਤੱਕ ਉਹੀ ਟ੍ਰੈਡੀਸ਼ਨਲ ਇਸ਼ੂ ਹੈ, ਉਹ ਨਖੇਰ ਨਹੀਂ ਸਕੀ, ਉਹ ਹਜੇ ਦਬੰਧ ਦੇ ਵਿੱਚ ਹੀ ਅਕਾਲੀ ਦਲ ਬੈਠਾ ਵੀ ਅਸੀਂ ਪੂਰਾ ਰੂਪ 'ਚ ਇੱਕ ਰੀਜਨਲ ਪਾਰਟੀ ਵਾਲਾ ਸਟਾਂਸ ਲਈਏ ਤੇ ਜਾਂ ਅਸੀਂ ਜਿਵੇਂ ਧੁਲ ਮੁਲ ਕਰਕੇ ਥੋੜ੍ਹਾ ਜਿਹਾ ਪੰਥਕ ਥੋੜ੍ਹਾ ਜਿਹਾ ਨੈਸ਼ਨਲ ਇਹ ਦੋਨੋਂ ਗੱਲਾਂ ਨੂੰ ਰਲਾ ਮਿਲਾ ਕੇ ਕਰੀ ਜਾਂਦੇ ਸੀ ਜਾਂ ਮਿਸ ਗਵਰਨੈਂਸ ਇਸ ਆਮ ਆਦਮੀ ਸਰਕਾਰ ਦੀ ਇਹ ਲਈਏ ਇਸ਼ੂ ਤੇ ਇਹੋ ਜਿਹੇ ਇਸ਼ੂ ਜਿਹੜੇ ਨਰਮ ਜਿਹੇ ਇਸ਼ੂ ਆ ਉਹਨਾਂ ਉੱਤੇ ਇਲੈਕਸ਼ਨ ਮੈਨੂੰ ਨਹੀਂ ਲੱਗਦਾ ਵੀ ਉਸ ਕਿਸਮ ਨਾਲ ਸੌਡਲ ਲਿਖੀ ਲੜੀ ਜਾ ਸਕਦੀ ਅਕਾਲੀ ਦਲ ਵੱਲੋਂ। ਪਰ ਜਿਸ ਤਰੀਕੇ ਨਾਲ SGPC ਨੇ ਕਿਹਾ ਉਦੋਂ ਪਿੱਛੋਂ ਨਾ ਤਾਂ ਜਿਹੜਾ ਜਿਹੜਾ ਆਉਣਾ ਚਾਹੀਦਾ ਸੀ ਤਲਵੰਡੀ ਦਮਦਮਾ ਸਾਹਿਬ ਅਕਾਲ ਤਖ਼ਤ ਦੇ ਜਥੇਦਾਰ ਦਾ ਸਟੈਂਡ ਆਉਣਾ ਚਾਹੀਦਾ ਸੀ, ਉਹਨਾਂ ਕਲੀਅਰ ਸਟੈਂਡ ਨਹੀਂ ਲਿਆ ਜਥੇਦਾਰ ਨੇ, ਉਹਨਾਂ ਹੀ ਫਿਰ ਮੁੜ ਕੇ ਜਿਹੜਾ SGPC ਦੇ ਧਾਮੀ ਦਾ ਆਪਣੇ ਪ੍ਰਧਾਨ ਦਾ ਆਇਆ ਜਿਹੜਾ ਸਟੇਟਮੈਂਟ ਆਈ ਹੈ ਉਹਦੇ ਉੱਤੇ ਕੋਈ ਰਿਸਪੌਂਡ ਇਮੀਡੀਏਟਲੀ ਅਕਾਲੀ ਲੀਡਰਾਂ ਵੱਲੋਂ ਵੀ ਨਹੀਂ ਆਇਆ ਨਾ ਸੁਖਬੀਰ ਬਾਦਲ ਵੱਲੋਂ ਆਇਆ ਵੀ ਇਹ ਉਹ ਇੱਕ ਰੀਜਨਲ ਹੈ, ਉਹ ਇੱਕ ਪੰਥਕ ਖਿੱਤਾ ਹੈ। ਪਰ ਮੈਨੂੰ ਇਹ ਲੱਗਦਾ ਵੀ ਇੱਥੇ ਜਿਹੜਾ ਜਿਹੜੀ ਇਹ ਸੀਟ ਹੈ ਇਹ ਪੰਥਕ ਦੇ ਨਾਲੋਂ ਦੂਜੇ ਮੁੱਦਿਆਂ ਵਾਲੀ ਜ਼ਿਆਦਾ ਸੀਟ ਹੈ। ਪਰ ਇਹਦੇ ਵਿੱਚ ਹੁਣ ਇੱਕ ਤਰੀਕੇ ਨਾਲ ਪਹਿਲੀ ਗੱਲ ਤਾਂ ਇਹ ਵੀ ਇੱਥੇ ਸਾਰੇ ਜਿਹੜੇ ਦਲਿਤ ਹੈ ਉਹ ਦੋ ਤਿੰਨ ਹਿੱਸਿਆਂ 'ਚ ਵੰਡੇ ਹੋਏ ਆ। ਮੈਨੂੰ ਹਜੇ ਵੀ ਲੱਗ ਰਿਹਾ ਸਾਰੀ ਗੱਲ ਦਾ ਵੀ ਅਕਾਲੀ ਦਲ ਨਾਲ ਜੁੜਿਆ ਹੋਇਆ ਜਿਹੜਾ ਪੰਥਕ ਸੈਗਮੈਂਟ ਹੈ, ਸੋਰੀ ਦਲਿਤਾਂ ਦਾ ਸੈਗਮੈਂਟ ਹੈ, ਉਹ ਛੋਟਾ ਹੈ ਇਸ ਕੰਸਟੀਚੁਐਂਸੀ 'ਚ, ਉਹ ਛੋਟਾ ਇਹਨਾਂ ਨਾਲ ਜੁੜਿਆ ਨਹੀਂ ਹੈ। ਦੂਜੇ ਪਾਸੇ ਵੰਡੇ ਆ, ਕਾਂਗਰਸ ਨਾਲ ਵੱਡਾ
ਇਦੋਂ ਜ਼ਿਆਦਾ ਵੱਡਾ ਗਰੁੱਪ ਦਲਿਤਾਂ ਦਾ ਕਾਂਗਰਸ ਨਾਲ ਜੁੜਦਾ ਹੈ ਤੇ ਥੋੜਾ ਜਿਹਾ ਹਿੱਸਾ ਕ੍ਰਿਸਚਨ ਨਾਲ ਵੀ ਖੜਾ ਹੈ, ਈਸਾਈਆਂ ਨਾਲ ਵੀ ਖੜਾ ਹੈ ਤੇ ਬਾਕੀ ਉੱਥੇ ਉਹ ਜਿਹੜਾ ਬੀਜੇਪੀ ਦੇ ਏਜੰਡੇ ਤੇ ਵੀ ਕਾਫੀ ਹਿੱਸਾ ਦਲਿਤਾਂ ਦਾ ਖੜਾ ਹੈ। ਦਲਿਤ ਵੈਸੇ ਹੀ ਪੰਜਾਬ ਦੇ ਦਲਿਤ ਇੰਨੀ ਵੱਡੀ ਗਿਣਤੀ ਹੋਣ ਕਰਕੇ ਤਿੰਨ ਹਿੱਸਿਆਂ ਚ, ਤਿੰਨ ਰਿਲੀਜੀਅਸ ਡਿਨੋਮੀਨੇਸ਼ਨ ਚ ਵੰਡੇ ਹੋਏ ਆ, ਤਿੰਨਾਂ ਹਿੱਸਿਆਂ ਚ ਵੰਡੇ, ਇਸੇ ਕਰਕੇ ਦਲਿਤਾਂ ਦੀ ਜਿਹੜੀ ਪੂਰੀ ਵੱਡੀ ਤਾਕਤ ਆ ਉਹ ਬਣਦੀ ਨੀ ਤੇ ਇਹ ਕਿਸੇ ਨਾ ਕਿਸੇ ਵੱਡੀ ਪਾਰਟੀ ਨਾਲ ਜੁੜ ਕੇ ਚੱਲਣਾ ਪੈਂਦਾ। ਇਹ ਧਾਰਮਿਕ ਲੈਵਲ ਤੇ ਵੰਡੇ ਹੋਣ ਕਰਕੇ ਤਿੰਨ ਹਿੱਸਿਆਂ ਚ, ਤੇ ਇਸ ਕਰਕੇ ਅਕਾਲੀ ਦਲ ਕੋਲੇ ਮੈਨੂੰ ਨੀ ਲੱਗਦਾ ਕੋਈ ਵੱਡਾ ਦਲਿਤਾਂ ਦਾ ਹਿੱਸਾ ਜਲੰਧਰ ਦੇ ਵਿੱਚ ਹੈਗਾ ਜਿਹੜਾ ਇਹਨਾਂ ਨਾਲ। ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਦੀ ਗੱਲ ਚੱਲਦੀ ਰਹੀ, 2 ਦਿਨ ਤੱਕ ਗੱਲ ਚੱਲਦੀ ਰਹੀ ਔਰ ਸਾਡੇ ਸਰੋਤ ਦੱਸਦੇ ਆ ਕਿ ਗੱਲ ਕਾਫੀ ਅੱਗੇ ਤੱਕ ਚਲੇ ਗਈ, ਲੇਕਿਨ ਇਨ ਦਾ ਮੀਨ ਟਾਈਮ ਪੁਰਾਣੇ ਸ਼ਰੀਕ ਆੜੇ ਆ ਗਏ। ਚਰਨਜੀਤ ਸਿੰਘ ਚੰਨੀ ਦਾ ਦਲਿਤ ਵੋਟ ਵਿੱਚ ਸੀਐਮ ਹੁੰਦਿਆਂ ਇੱਕ ਚੰਗੀ ਪੈਂਠ ਬਣ ਗਈ ਸੀ, ਚੰਗਾ ਪ੍ਰਭਾਵ ਬਣ ਗਿਆ ਸੀ। ਜੇਕਰ ਕਿਤੇ ਬੀਜੇਪੀ ਵੱਲੋਂ ਚੰਨੀ ਉਮੀਦਵਾਰ ਹੋ ਜਾਂਦੇ ਤੇ ਕਾਂਗਰਸ ਲਈ ਇਹ ਬਹੁਤ ਔਖੀ ਘਾਟੀ ਸੀ ਸਰ ਕਰਨੀ, ਕਿਉਂਕਿ ਦਲਿਤ ਵੋਟ ਬਜਵੇਂ ਰੂਪ ਚ ਕਿਸੇ ਇੱਕ ਬੰਦੇ ਦੇ ਮਗਰ ਜੇ ਜਾ ਸਕਦੀ ਸੀ ਉਹ ਚੰਨੀ ਦੇ ਮਗਰ ਜਾ ਸਕਦੀ ਸੀ, ਭਾਵੇਂ ਉੱਤੇ ਲੱਖ ਇਲਜ਼ਾਮ ਹੋਣ। ਇੱਕ ਔਰਾ, ਇੱਕ ਚਿਹਰਾ ਇਸ ਸੈਗਮੈਂਟ ਦੇ ਵਿੱਚ, ਇਸ ਵਰਗੀਕਰਨ ਦੇ ਵਿੱਚ ਚੰਨੀ ਨੇ ਬਣਾ ਹੀ ਲਿਆ ਸੀਗਾ ਔਰ ਨੈਸ਼ਨਲ ਲੈਵਲ ਤੇ ਵੀ ਉਭਾਰਿਆ ਗਿਆ। ਹੁਣ ਜਿਹੜੀ ਸਥਿਤੀ ਬਣੀ ਹੈ ਇਹਦੇ ਵਿੱਚ 1, 2, 3, 4 ਕਰਕੇ ਜੇ ਅਸੀਂ ਦੇਖਦੇ ਹਾਂ ਤੇ ਇਸ ਵੇਲੇ ਥੱਲੇ ਦੇ ਪਾਸੇ ਲੜਨ ਵਾਲੀਆਂ ਧਿਰਾਂ ਦੇ ਵਿੱਚ ਕੀ ਅਕਾਲੀ ਦਲ ਅਜੇ ਵੀ ਆ ਜਾਂ ਅਕਾਲੀ ਦਲ ਪਹਿਲੀ, ਕਿਉਂਕਿ ਸੁਖਬੀਰ ਸਿੰਘ ਬਾਦਲੇ ਮੰਨ ਕੇ ਚੱਲ ਰਿਹਾ ਕਿ ਬਸਪਾ ਦੇ ਨਾਲ ਹੋਣ ਕਰਕੇ ਅਸੀਂ ਪਹਿਲੇ 1 ਤੇ 2 ਨੰਬਰ ਦੀ ਲੜਾਈ ਵਿੱਚ ਖੜੇ ਹਾਂ, 2 ਜਾਂ 3 ਨੰਬਰ ਦੀ ਲੜਾਈ ਤੇ 3 ਜਾਂ 4 ਨੰਬਰ ਦੀ ਲੜਾਈ ਇੱਕ ਅਗਲੀ ਗੱਲ ਬਣ ਜਾਂਦੀ। ਦੇਖੋ ਇੱਥੇ ਕੋਸ਼ਿਸ਼ ਇਹ ਹੈ ਵੀ ਟਰਾਂਸਫਰ ਬਸਪਾ ਕਿੰਨੀ ਕੁ ਅਕਾਲੀ ਦਲ ਦੇ ਕੈਂਡੀਡੇਟ ਨੂੰ ਵੋਟ ਟਰਾਂਸਫਰ ਕਿੰਨੀ ਕਰ ਸਕਦੀ ਹੈ, ਹੋਏਗਾ ਤਾਂ ਦਲਿਤ ਕੈਂਡੀਡੇਟ ਹੀ, ਇਸ ਕਰਕੇ ਚਾਂਸ ਤਾਂ ਹੈ ਵੀ ਟਰਾਂਸਫਰ ਵੋਟ ਹੋ ਜਾਏਗੀ, ਪਰ ਕਿੰਨੀ ਹੁੰਦੀ ਹੈ ਇਹ ਕੁਛ ਕਿਹਾ ਨਹੀਂ ਜਾ ਸਕਦਾ। ਇਸ ਕਰਕੇ ਸਾਰਾ ਕੁਛ ਅਜੇ ਬੜਾ ਧੁੰਮਲ ਹੀ ਹੈ। ਹਾਂਜੀ ਸਰਦਾਰ ਜਗਤਾਰ ਸਿੰਘ ਜੀ, ਇਸ ਸਮੁੱਚੇ ਦ੍ਰਿਸ਼ ਦੇ ਵਿੱਚ ਜੇਕਰ ਪੰਥਕ ਮੁੱਦਿਆਂ ਦਾ ਜ਼ਿਕਰ ਅਸੀਂ ਕਰਦੇ ਹਾਂ ਜਿਨ੍ਹਾਂ ਦੇ ਉੱਤੇ ਫੋਕਸ ਕਰ ਰਹੇ ਹਾਂ, ਅਕਾਲੀ ਦਲ ਕੋਲ 2-3 ਤਰ੍ਹਾਂ ਦੇ ਚਿਹਰੇ ਆ। ਜੇ ਪਵਨ ਟੀਨੂ ਦਾ ਜ਼ਿਕਰ ਕਰੀਏ ਤੇ ਉਹ ਬੜੇ ਲੋਇਲ ਰਹੇ ਆ ਸੁਖਬੀਰ ਲਈ, ਉਹ ਬਸਪਾ ਚੋਂ ਆਉਂਦੇ ਆ ਤੇ ਸੁਖਬੀਰ ਬਾਦਲ ਦੇ ਨਾਲ ਲਗਾਤਾਰ ਚੱਲ ਰਹੇ ਆ। ਲੇਕਿਨ ਜੇ ਦੂਜੇ ਬੰਨੇ ਦੇਖਿਆ ਜਾਵੇ ਤਾਂ ਇੱਕ ਹਿੱਸਾ ਇਸ ਤਰ੍ਹਾਂ ਦਾ ਵੀ ਆ ਜਿਹੜਾ ਸਰਵਣ ਸਿੰਘ ਫਲੋਰ ਵਰਗੇ ਚਿਹਰਿਆਂ ਵੱਲ ਵੀ ਤੁਰਦਾ ਹੈ। ਹੁਣ ਸਾਰੇ ਹੀ ਜਦੋਂ, ਕਿਉਂਕਿ ਸੀਟ ਰਿਜ਼ਰਵ ਹੈ, ਸਾਰਿਆਂ ਨੇ ਹੀ ਇੱਕ ਵਰਗੀਕਰਨ ਦੇ ਵਿੱਚ ਵੱਜਣਾ ਹੈ ਤੇ ਉਸ ਮੌਕੇ ਦੇ ਉੱਤੇ ਜਿਹੜਾ ਵੋਟਾਂ ਦਾ ਵੰਡ ਹੈ, ਪੋਲਰਾਈਜੇਸ਼ਨ ਹੈ ਔਰ ਇਹ ਜਿਹੜਾ ਕੰਸੋਲੀਡੇਸ਼ਨ ਹੈ, ਉਹ ਸਿੱਖ ਬਨਾਮ ਹਿੰਦੂ ਬਨਾਮ ਵਪਾਰੀ ਬਨਾਮ ਦਲਿਤ, ਇਹ ਸਾਰੀਆਂ ਚੀਜ਼ਾਂ ਵੀ ਹੋਣੀਆਂ ਨੇ, ਇਹਨੂੰ ਤੁਸੀਂ ਇਸ ਸਮੀਕਰਨ ਨੂੰ ਕਿਵੇਂ ਪ੍ਰਭਾਸ਼ਿਤ ਕਰੋਗੇ? ਜਲੰਧਰ ਦੇ ਵਿੱਚ ਦਲਿਤ ਵੋਟ ਬੈਂਕ ਆਲਮੋਸਟ 40% ਹੈ, ਲੇਕਿਨ ਇੰਟਰਸਟਿੰਗਲੀ ਇਹ ਜਿਹੜਾ ਦਲਿਤ ਸੈਕਸ਼ਨ ਹੈ ਇਹ ਮੋਨੋਲਿਥਿਕ ਤਾਂ ਹੈ ਨਹੀਂ, ਹਿੰਦੂ ਸਿੱਖ ਤਾਂ ਚਲੋ ਹੈਗਾ ਹੀ ਹੈ। ਉਸ ਤੋਂ ਅੱਗੇ ਇਹਨਾਂ ਦੇ ਵਿੱਚ ਬੜੀਆਂ ਹੋਰ ਵੀ ਕਲਾਸੀਫਿਕੇਸ਼ਨ ਹੈਗੀਆਂ, ਇਹਨਾਂ ਦੇ ਆਪਣੇ ਵੀ ਵਿੱਚ ਕਈ ਦਲਿਤ, ਇਹਨਾਂ ਨੂੰ ਆਪਣੇ ਜਿਹੜੇ ਸੈਕਸ਼ਨ ਹੈਗੇ ਹੈ ਉਹਨਾਂ ਦੇ ਵਿੱਚ ਵੀ ਕੋਈ ਹਾਇਰ ਦਲਿਤ ਹੈ, ਕੋਈ ਲੋਅਰ ਦਲਿਤ ਹੈ, ਉੱਥੇ ਵੀ ਇਹਨਾਂ ਦੀ ਸਟ੍ਰੈਟੀਫਿਕੇਸ਼ਨ ਹੈ। ਸੋ ਇਹ ਕਈ ਤਰ੍ਹਾਂ ਦੀਆਂ ਡਿਵੀਜ਼ਨ ਇਹਨਾਂ ਦੇ ਵਿੱਚ ਬਰੀਕੀ ਵਾਲੀਆਂ ਹੈਗੀਆਂ, ਅਤੇ ਉਹ ਕਿਵੇਂ ਉਹ ਵੋਟਿੰਗ ਬਿਹੇਵੀਅਰ ਹੁੰਦਾ ਹੈ ਉਹਨਾਂ ਦਾ, ਉਹ ਸਟੱਡੀ ਕਰਨ ਵਾਲੀਆਂ। ਜਿਹੜੇ ਸਾਡਾ ਤਾਂ ਸਬਜੈਕਟ ਇਹ ਬਹੁਤ ਹੈ ਨਹੀਂ ਇਸ ਸੈਕਸ਼ਨ ਦਾ, ਲੇਕਿਨ ਜਿਹੜੀ ਇਹਨਾਂ ਦੀ ਕਲਾਸੀਫਿਕੇਸ਼ਨ ਹੈ ਉਹ ਜ਼ਰੂਰ ਅੱਗੇ ਸਟੱਡੀ ਕਰਨ ਵਾਲੀ ਹੈਗੀ ਹੈ ਜੀ। ਗੱਲ ਅੱਗੇ ਆ ਜਾਂਦੀ ਹੈ ਅਕਾਲੀ ਦਲ ਦੇ ਜਿਹੜੇ ਮੁੱਦਿਆਂ ਦੀ। ਅਕਾਲੀ ਦਲ ਦੀ ਜਿਹੜੀ ਕਿਸੇ ਪਹਿਲਾਂ ਕਿਸੇ ਜ਼ਮਾਨੇ ਦੇ ਵਿੱਚ ਡਰਾਈਵਿੰਗ ਫੋਰਸ ਹੁੰਦੀ ਸੀਗੀ, ਮੈਂ ਇਸ਼ੂਜ਼ ਦੀ ਗੱਲ ਨਹੀਂ ਕਰ ਰਿਹਾ ਹਾਲੇ, ਡਰਾਈਵਿੰਗ ਫੋਰਸ ਇਹਨਾਂ ਦੀ ਪੰਥਕ ਇਸ਼ੂਜ਼ ਹੁੰਦੇ ਸੀਗੇ, ਅੱਗੇ ਉਹ ਬਾਕੀ ਇਸ਼ੂਜ਼ ਨੂੰ ਪੁਸ਼ ਕਰਦੇ ਸੀਗੇ। ਹੁਣ ਜਦੋਂ ਪਿੱਛੇ ਇੰਜਣੀ ਮਿਸਿੰਗ ਹੈ ਜਿਹਨੇ ਧੱਕਾ ਲਾਉਣਾ ਹੈ, ਤੇ ਅਕਾਲੀ ਦਲ ਉਸ ਸਿਚੁਏਸ਼ਨ ਦੇ ਵਿੱਚ ਫਸਿਆ ਪਿਆ। ਹੁਣ ਜਿਹੜੀ ਸਿਚੁਏਸ਼ਨ ਨਜ਼ਰ ਆ ਰਹੀ ਹੈ ਉਹ ਵੀ ਇਹੀ ਹੈ ਕਿ ਅਕਾਲੀ ਦਲ ਉਸੇ ਹੀ ਪੁਰਾਣੇ ਇਸ਼ੂਸ ਤੇ, ਜਿਹਨੂੰ ਮੈਂ ਨਾਨ ਪ੍ਰਥਕ ਇਸ਼ੂਸ ਕਹਿੰਦਾ ਹੁੰਦਾ, ਗਵਰਨੈਂਸ ਦੇ ਇਸ਼ੂ ਆਪਣੀ ਜਗ੍ਹਾ ਤੇ ਹੈਗੇ ਹੈ। ਜਿਹੜਾ ਅਕਾਲੀ ਦਲ ਦਾ ਕਰੈਕਟਰ ਹੈ ਬੇਸਿਕ ਉਹ ਵੱਖਰਾ ਸੀਗਾ, ਜਦ ਤੱਕ ਇਹ ਡਰਾਈਵਿੰਗ ਫੋਰਸ ਵਾਪਸ ਨਹੀਂ ਆਉਂਦੀ ਅਕਾਲੀ ਦਲ ਉਹ ਲੜਾਈ ਲੜਦੇ ਕਾਬਲ ਨਹੀਂ ਬਣ ਸਕਦਾ ਜੀ। ਹੁਣ ਮੈਂ ਉਹਨਾਂ ਇੱਕ ਅਗਲਾ ਇਸ਼ੂ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਸਰਗਰਮ ਵੀ ਆ ਔਰ ਜਿਹਨੂੰ ਅਕਾਲੀ ਦਲ ਤੇ ਖਾਸ ਤੌਰ ਤੇ ਆਪਣੇ ਆਪ ਨੂੰ ਇਸ ਖਿੱਤੇ ਦੇ ਅੰਬਰਦਾਰ ਕਹਿਣ ਵਾਲੇ ਕੋਈ ਵੀ ਹੋਣ, ਕੋਈ ਵੀ ਧਿਰਾਂ ਨੇ,
और ਉਹਦੇ ਵਿੱਚ ਅਸੀਂ ਕਿਸੇ ਸਮੇਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਦੇਖਦੇ ਰਹੇ ਹਾਂ ਕਿ ਉਹ ਸਿੱਖ ਇਸ਼ੂਜ਼ ਨੂੰ ਲੈਂਦੇ ਰਹੇ ਆ। ਜਿਹੜਾ NCERT ਦੀਆਂ ਕਿਤਾਬਾਂ ਸਿਲੇਬਸ ਦੀਆਂ ਕਿਤਾਬਾਂ ਦੇ ਵਿੱਚ ਇਤਿਹਾਸ ਨੂੰ ਆਪਣੇ ਤਰੀਕੇ ਨਾਲ ਪ੍ਰਭਾਸ਼ਿਤ ਕਰਨ ਦਾ ਯਤਨ ਹੋਇਆ ਔਰ ਕੱਲ ਸ਼੍ਰੋਮਣੀ ਕਮੇਟੀ ਨੇ ਇੱਥੇ ਸਟੈਂਡ ਲਿਆ ਸੀ ਕਿ ਆਨੰਦਪੁਰ ਦੇ ਮਤੇ ਨੂੰ ਵੀ ਇੱਕ ਵੱਖਵਾਦੀ ਦਸਤਾਵੇਜ਼ ਵਜੋਂ ਚ ਪੇਸ਼ ਕੀਤਾ ਗਿਆ, ਉਹਨਾਂ ਰਿਐਕਟ ਤੇ ਕੀਤਾ, ਪਰ ਇਹਦੇ ਉੱਤੇ ਫਰਦਰ ਜਿਹੜੀ ਰਿਐਕਸ਼ਨ ਪੋਲੀਟੀਸ਼ੀਅਨਸ ਦੀ ਆਉਣੀ ਚਾਹੀਦੀ ਸੀ ਉਹ ਮਿਸਿੰਗ ਰਹੀ। ਮੈਂ ਇਹ ਤੁਹਾਡੇ ਤੋਂ ਸਮਝਣਾ ਚਾਹੁੰਦਾ ਹੈ ਕਿ ਇਹੋ ਜਿਹੇ ਕੋਰ ਇਸ਼ੂਜ਼ ਨੂੰ ਵੀ ਲਿਆ ਜਾ ਸਕਦਾ ਜਦੋਂ ਚੋਣ ਸਿਰ ਤੇ ਹੋਵੇ, ਔਰ ਦੂਜੀ ਗੱਲ ਜੇ ਮੈਂ ਇਹਨੂੰ ਸਮਝਣਾ ਵੀ ਹੋਵੇ ਕਿ ਆਨੰਦਪੁਰ ਸਾਹਿਬ ਦਾ ਮਤਾ ਸੱਚਮੁੱਚ ਕਿਸੇ ਤਰੀਕੇ ਨਾਲ ਵੱਖਵਾਦੀ ਆ, ਇਹ ਦੇਸ਼ ਨਾਲੋਂ ਅਲੱਗ ਹੋਣ ਦੀ ਗੱਲ ਕਰਦਾ, ਇਹਦੇ ਵਿੱਚ ਕੁਝ ਐਸਾ ਪਿਆ ਜਿਹਨੂੰ ਅਸੀਂ ਇਹ ਕਹਿ ਸਕੀਏ ਕਿ ਇਹਨੂੰ ਪਾਠਕ੍ਰਮ ਦੇ ਵਿੱਚ ਪੜ੍ਹਾਇਆ ਜਾਵੇ ਕਿ ਇਹ ਇਹ ਸਿੱਖ ਖਾਸ ਤੌਰ ਤੇ ਸਿੱਖਾਂ ਦਾ ਇੱਕ ਐਸਾ ਦਸਤਾਵੇਜ਼ ਹੈ ਜਿਹੜਾ ਇਹਨਾਂ ਨੂੰ ਵੱਖਵਾਦੀ ਹੋਣ ਦਾ ਠੱਪਾ ਲਾਉਂਦਾ। ਮੈਂ 2 ਮਿੰਟ ਦੇ ਵਿੱਚ ਪਹਿਲਾਂ ਜੀ ਬੈਕਗ੍ਰਾਉਂਡ ਸਮਝਾ ਦਿਆਂ। ਦਸੰਬਰ 1972 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਕਮੇਟੀ ਬਣਾਈ ਸੀਗੀ ਆਪਣਾ ਪਾਲਸੀ ਪ੍ਰੋਗਰਾਮ ਤੈਅ ਕਰਨ ਵਾਸਤੇ। ਅਕਾਲੀ ਦਲ ਦੀ ਟ੍ਰੈਡੀਸ਼ਨ ਹੈ ਪੁਰਾਣੀ ਕਿ ਇਹ ਬਹੁਤ ਵਧੀਆ ਆਪਣੀ ਪਾਰਟੀ ਦੇ ਪ੍ਰੋਗਰਾਮ ਬਣਾਉਂਦੇ ਰਹੇ। 68 ਦੇ ਵਿੱਚ ਬਟਾਲਾ ਰੈਜੋਲੂਸ਼ਨ ਸੀਗਾ, ਅਟੋਨਮੀ ਦਾ ਰੈਜੋਲੂਸ਼ਨ ਸੀ ਉਹ, ਅਤੇ 72 ਦਸੰਬਰ ਜਿਹੜੀ ਕਮੇਟੀ ਬਣੀ ਨਵਾਂ ਪਾਲਸੀ ਪ੍ਰੋਗਰਾਮ ਬਣਾਉਣ ਵਾਸਤੇ ਉਹਦੇ ਚੇਅਰਮੈਨ ਸੀ ਸਰਦਾਰ ਸੁਰਜੀਤ ਸਿੰਘ ਬਰਨਾਲਾ, ਉਹਦੇ 'ਚ ਗੁਰਚਰ ਸਿੰਘ ਟੌੜਾ ਅਤੇ ਹੋਰ ਲੀਡਰ ਸਾਰੇ ਸ਼ਾਮਲ ਸੀਗੇ। ਬੜੀ ਲੰਬੀ ਚੌੜੀ ਕਮੇਟੀ ਸੀਗੀ ਅਤੇ ਉਸ ਕਮੇਟੀ ਨੇ ਸਾਰਾ ਸਟੱਡੀ ਕਰਕੇ ਇੱਕ ਪਾਲਸੀ ਪ੍ਰੋਗਰਾਮ ਦਿੱਤਾ ਜਿਹਨੂੰ ਅਲਟੀਮੇਟਲੀ ਉਹਨਾਂ ਦੀ ਵਰਕਿੰਗ ਕਮੇਟੀ ਨੇ ਅਡਾਪਟ ਕੀਤਾ ਅਤੇ ਉਹਨੂੰ ਅਨੰਦਪੁਰ ਸਾਹਿਬ ਦਾ ਮਤਾ ਕਿਹਾ ਗਿਆ। ਉਹ ਬੜਾ ਅਦਰਵਾਈਜ਼ ਬੜਾ ਇਨਕਲਾਬੀ ਮਤ ਹੈ ਸਾਰਾ, ਜੇ ਉਸ ਸਿਚੁਏਸ਼ਨ ਦੇ ਵਿੱਚ ਸਟੱਡੀ ਕਰੀਏ ਉਹਦੇ ਐਗਰੀਕਲਚਰ, ਇੰਡਸਟਰੀ, ਐਜੂਕੇਸ਼ਨ, ਫਾਈਨਾਂਸ, ਉਹ ਸਾਰੀ ਡਿਟੇਲ ਦੇ ਵਿੱਚ ਉਹਦੀ ਉਹਨਾਂ ਨੇ ਉਹਨੂੰ ਡੀਲ ਕੀਤਾ ਹੋਇਆ ਕਿ ਪੰਜਾਬ ਨੂੰ ਅੱਗੇ ਕਿਵੇਂ ਵਧਾਉਣਾ ਹੈ। ਜਿਹੜਾ ਰੌਲਾ ਪੈਂਦਾ ਹੈ ਉਹ ਉਹਦੇ ਜਿਹੜਾ ਰਾਜਸੀ ਨਿਸ਼ਾਨਾ ਹੈ ਉਹਦੇ 'ਤੇ ਪੈਂਦਾ ਹੈ। ਮੈਂ ਤੁਹਾਨੂੰ ਰਾਜਸੀ ਨਿਸ਼ਾਨਾ ਪੜ੍ਹ ਕੇ ਸੁਣਾਉਂਦਾ, ਜਦਕਿ ਰੌਲੇ ਵਾਲੀ ਗੱਲ ਰਾਜਸੀ ਨਿਸ਼ਾਨੇ ਦੇ ਵਿੱਚ ਵੀ ਕੋਈ ਨਹੀਂ। ਮਸਲਨ ਇੰਟਰਪ੍ਰੀਟੇਸ਼ਨ ਦੀ ਗੱਲ ਉਹਦੇ 'ਚ ਇਹ ਹੈ ਜੀ, ਰਾਜਸੀ ਨਿਸ਼ਾਨਾ ਮੈਂ ਪੰਜਾਬੀ ਵਾਲਾ ਪੜ੍ਹ ਕੇ ਹਟਾ ਦਿੰਦਾ। ਪੰਥਕ ਰਾਜਸੀ ਨਿਸ਼ਾਨਾ ਨਿਸ਼ਚੇ ਤੌਰ 'ਤੇ ਸਾਹਿਬ ਦਸਮ ਪਾਤਸ਼ਾਹ ਦੇ ਆਦੇਸ਼ਾਂ, ਸਿੱਖ ਇਤਿਹਾਸ ਦੇ ਪੰਨਿਆਂ ਅਤੇ ਖਾਲਸਾ ਪੰਥ ਦੇ ਮਨ ਮੰਦਰ ਵਿੱਚ ਉਕਰਿਆ ਚੱਲਿਆ ਆ ਰਿਹਾ ਹੈ, ਜਿਸ ਦਾ ਮਕਸਦ ਖਾਲਸਾ ਜੀ ਦੇ ਬੋਲ ਬਾਲੇ ਹੈ ਜੀ। ਖਾਲਸਾ ਜੀ ਦੇ ਇਸ ਜਨਮ ਸਿੱਧ ਅਧਿਕਾਰ ਨੂੰ ਦ੍ਰਿਸ਼ਟਮਾਨ ਕਰਨ ਲਈ ਲੋੜੀਂਦੇ ਦੇਸ਼ ਕਾਲ ਤੇ ਰਾਜ ਸੰਵਿਧਾਨ ਦੀ ਸਿਰਜਣਾ ਪ੍ਰਾਪਤੀ ਸ਼੍ਰੋਮਣੀ ਅਕਾਲੀ ਦਲ ਦੇ ਬੁਨਿਆਦੀ ਢਾਂਚੇ ਦੀ ਨਹੀਂ ਹੈ। ਇਹਦੇ ਵਿੱਚ ਕੋਈ ਵੱਖਰਾ ਮੁਲਕ ਮੰਗਣ ਦੀ ਗੱਲ ਨਹੀਂ ਕੀਤੀ ਗਈ। ਇਹ ਦੇਸ਼ ਕਾਲ ਤੇ ਰਾਜ ਸੰਵਿਧਾਨ ਜੀਓ ਪੋਲੀਟੀਕਲ, ਮੈਂ ਅੰਗਰੇਜ਼ੀ 'ਚ ਇਹਦੀ ਟ੍ਰਾਂਸਲੇਸ਼ਨ ਕੀਤੀ ਸੀ, ਜੀਓ ਪੋਲੀਟੀਕਲ ਇਨਵਾਇਰਮੈਂਟ ਤੇ ਕੰਸਟੀਟਿਊਸ਼ਨਲ ਅਰੇਂਜਮੈਂਟ ਜੀ। ਸੋ ਇਹ ਵੱਖਵਾਦੀ ਨਹੀਂ ਹੈ। ਤੇ ਜਦੋਂ 1982 ਦੇ ਵਿੱਚ ਅਕਾਲੀ ਦਲ ਨੇ ਧਰਮਯੁੱਧ ਮੋਰਚਾ ਲਾਇਆ ਜੀ, ਤੇ ਉਹਦੇ ਵਿੱਚ ਇੱਕ ਮਤਾ ਆਇਆ। ਮੈਂ ਤੁਹਾਨੂੰ ਇੱਕ ਉਹ ਵੀ ਦੇ ਇੰਟਰਸਟਿੰਗ ਆਸਪੈਕਟ ਦੱਸ ਦਿੰਦਾ ਕਿ ਉੱਥੇ 2 ਕਾਨਫਰੰਸਾਂ ਹੋਈਆਂ ਸੀਗੀਆਂ, 3 ਅਗਸਤ ਨੂੰ, 4 ਅਗਸਤ ਨੂੰ 82 ਨੂੰ ਮੋਰਚਾ ਲਾਂਚ ਹੋਣਾ ਸੀ। ਇੱਕ ਪ੍ਰੈਸ ਕਾਨਫਰੰਸ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਚੰਡੀਗੜ੍ਹ 'ਚ ਕੀਤੀ ਸੀ, ਦੂਸਰੀ ਸੰਤ ਹਰਚਰਨ ਸਿੰਘ ਲੌਂਗੋਵਾਲ ਅਕਾਲੀ ਦਲ ਦੇ ਪ੍ਰਧਾਨ ਨੇ ਅੰਮ੍ਰਿਤਸਰ ਕੀਤੀ ਸੀ 3 ਅਗਸਤ ਨੂੰ। ਚੰਡੀਗੜ੍ਹ ਦੀ ਪ੍ਰੈਸ ਕਾਨਫਰੰਸ ਮੈਂ ਕਵਰ ਕੀਤੀ ਸੀਗੀ ਤੇ ਜਿਹੜਾ ਬਾਦਲ ਸਾਹਿਬ ਨੇ ਸਾਨੂੰ ਡਿਮਾਂਡਸ ਦਿੱਤੀਆਂ ਸੀਗੀਆਂ, ਰਿਟਰਨ ਦਿੱਤੀਆਂ ਸੀ, ਉਹਦੇ ਵਿੱਚ ਅਨੰਦਪੁਰ ਸਾਹਿਬ ਦੇ ਮਤੇ ਦਾ ਜ਼ਿਕਰ ਨਹੀਂ ਸੀਗਾ ਜੀ। ਤਾਂ ਵਿੱਚੋਂ ਸਾਡੇ ਵਰਗੇ ਕਿਸੇ ਨੇ ਪੁੱਛ ਲਿਆ ਕਿ ਬਾਦਲ ਸਾਹਿਬ ਲਗਾਤਾਰ ਹੁਣ ਅਕਾਲੀ ਦਲ ਗੱਲ ਕਰਦਾ ਰਿਹਾ ਅਨੰਦਪੁਰ ਸਾਹਿਬ ਦੇ ਮਤੇ ਦੀ, ਉਹ ਕਹਿੰਦੇ ਚਲੋ ਜੀ ਇਹ ਵੀ ਲਿਖ ਲਓ ਵਿੱਚ, ਜਿਵੇਂ ਕੈਜੂਲੀ ਗੱਲ ਹੁੰਦੀ ਹੈ। ਜਦੋਂ ਸ਼ਾਮ ਨੂੰ ਅੰਮ੍ਰਿਤਸਰ ਤੋਂ ਖਬਰ ਆਈ ਏਜੰਸੀ 'ਤੇ, ਉਹਦੇ ਵਿੱਚ ਸਪੈਸੀਫਿਕਲੀ ਸੰਤ ਲੌਂਗੋਵਾਲ ਨੇ ਅਨੰਦਪੁਰ ਸਾਹਿਬ ਦੇ ਮਤੇ ਦਾ ਐਮਫੈਸਿਸ ਦੇ ਕੇ ਜ਼ਿਕਰ ਕੀਤਾ ਹੋਇਆ ਸੀ। ਸੋ ਇਹ ਇੱਕ ਫਰਕ ਸੀਗਾ 84। ਉਸ ਤੋਂ ਬਾਅਦ ਇਹ ਤੇ ਪੂਰਾ ਕਾਂਗਰਸ ਨੇ ਇਹਨੂੰ ਗਰਦਾਨਿਆ ਕਿ ਇਹ ਐਂਟੀ ਨੈਸ਼ਨਲਿਸਟ ਸੈਸ਼ਨਿਸਟ ਹੈ। ਰਾਦਰ ਦਸੰਬਰ 1984 ਦੀ ਲੋਕ ਸਭਾ ਇਲੈਕਸ਼ਨ ਸਿੰਗਲ ਇਸ਼ੂ ਤੇ ਕਾਂਗਰਸ ਨੇ ਲੜੀ, ਉਸੇ ਅਨੰਦਪੁਰ ਸਾਹਿਬ ਦਾ ਮਤਾ ਕਿ ਇਹ ਵੱਖਵਾਦੀ ਹੈ। ਜਦੋਂ ਰਾਜੀਵ ਲੌਂਗੋਵਾਲ ਕਾਰਡ ਸਾਣ ਹੋਈ 1985 ਦੇ ਵਿੱਚ, ਉਹਦੇ ਵਿੱਚ ਇਹ ਮਤਾ ਰੱਖਿਆ ਗਿਆ ਸੀਗਾ ਤੇ ਇਹ ਫੈਸਲਾ ਕੀਤਾ ਗਿਆ ਕਿ ਇਹਨੂੰ ਕਮਿਸ਼ਨ ਨੂੰ ਰੈਫਰ ਕੀਤਾ ਜਾਏਗਾ। ਉਸ ਤੋਂ ਬਾਅਦ ਇਹ ਮਤਾ ਹੌਲੀ ਹੌਲੀ ਫੇਜ਼ ਆਊਟ ਹੋ ਗਿਆ। ਜਿਹੜਾ ਇਹਦਾ ਸੀ ਵੀ ਇਹ ਐਂਟੀ ਨੈਸ਼ਨਲ ਹੈ,
ਉਹ ਨਾਲ ਹੀ ਖਤਮ ਹੋ ਗਿਆ ਜਦੋਂ ਕਮਿਸ਼ਨ ਨੂੰ ਰੈਫਰ ਹੀ ਕਰ ਦਿੱਤਾ ਤੇ ਕਮਿਸ਼ਨ ਦੀ ਬਾਅਦ ਵਿੱਚ ਰਿਪੋਰਟ ਆ ਗਈ ਜਿਹੜੀ ਕਿਸੇ ਨੇ ਬਹੁਤਾ ਗੌਰ ਹੀ ਨਹੀਂ ਕੀਤਾ। ਸੋ ਜਿਹੜਾ ਇਹਦਾ ਵੱਖਵਾਦ ਹੀ ਹੋਣ ਦੀ ਗੱਲ ਸੀਗੀ ਉਹ ਉਦੋਂ ਖਤਮ ਹੋ ਗਈ ਸੀਗੀ ਜਿਹੜੀ NCERT ਦੀ ਕਿਤਾਬ ਦੇ ਵਿੱਚ ਹੈ। ਇਹ ਸਿੱਖਾਂ ਨੂੰ ਬਦਨਾਮ ਕਰਨ ਦੀ ਇੱਕ ਹੋਰ ਕੋਸ਼ਿਸ਼ ਹੈ। ਗੱਲ ਸਿਰਫ ਸਿੱਖਾਂ ਨੂੰ ਬਦਨਾਮ ਕਰਦੀ ਨਹੀਂ ਹੈ। NCERT ਨੇ ਜਿਹੜਾ ਸਿਲੇਬਸ ਰਿਵਾਈਜ਼ ਕੀਤਾ ਹੈ ਇਹਨੂੰ ਘਟਾਉਣ ਦੇ ਨਾਂ 'ਤੇ, ਇਹ ਕਿਹਾ ਗਿਆ ਵੀ ਅਸੀਂ ਰੈਸ਼ਨਲਾਈਜ਼ ਕਰ ਰਹੇ ਹਾਂ। ਉਹਦੇ ਵਿੱਚ ਇੱਕ ਮੇਜਰ ਪੋਰਸ਼ਨ ਹਿਸਟਰੀ ਦਾ, ਖਾਸ ਕਰਕੇ ਮੁਗਲ ਪੀਰੀਅਡ ਮੁਸਲਿਮ ਪੀਰੀਅਡ, ਉਹ ਕੱਟ ਦਿੱਤਾ ਗਿਆ ਹੈ ਜੀ। ਸੋ ਜਿਹੜਾ ਐਂਟੀ ਮਾਈਨੋਰਿਟੀ BJP ਦਾ ਸਟੈਂਡ ਹੈ ਕਿ ਇਹਦੇ ਬਾਰੇ ਅਕਾਲੀ ਦਲ ਡਟ ਕੇ ਸਟੈਂਡ ਲਏਗਾ, ਇਸ਼ੂ ਇਹ ਹੈ ਇਸ ਵੇਲੇ। ਇਹ ਮੈਨੂੰ ਹਲਕੀ ਜਿਹੀ ਇੱਕ ਗੱਲ ਦੱਸ ਦਿਓ ਕਿ ਜਿਹੜਾ ਕਮਿਸ਼ਨ ਬਣਿਆ ਸੀ ਉਹ ਕਿਹੜਾ ਕਮਿਸ਼ਨ ਸੀਗਾ ਔਰ ਉਹਦੀ ਸਰਕਾਰੀ ਕਮਿਸ਼ਨ ਸੀ ਜੀ। ਜੀ ਆਪਣਾ ਸਰਦਾਰ ਜਸਪਾਲ ਸਿੰਘ ਸਿੱਧੂ ਜੀ, ਤੁਸੀਂ ਤਫਸੀਲ ਜਿਹੜੀ ਆ ਸਰਦਾਰ ਜਗਤਾਰ ਸਿੰਘ ਹੋਰਾਂ ਨੇ ਜਿੱਥੇ ਛੱਡੀ ਆ ਇੱਥੋਂ ਇਹਨੂੰ ਅੱਗੇ ਜ਼ੁਬਾਨ ਦੇ ਦਿਓ। ਦੇਖੋ ਇਹਨਾਂ ਦੀ ਤਫਸੀਲ ਜਿਹੜੀ ਸਾਰੀ ਇਹਨਾਂ ਨੇ ਦਿੱਤੀ ਹੈ ਬਿਲਕੁਲ ਠੀਕ ਹੈ, ਪਰ ਜਦੋਂ ਅਸੀਂ ਜਨਮ ਸਿੱਧ ਅਧਿਕਾਰ ਕਹਿੰਦੇ ਹਾਂ ਖਾਲਸੇ ਦਾ, ਉਹਦੇ ਵਿੱਚ ਸਾਡਾ ਸੈਲਫ ਰੂਲ ਦਾ ਜਿਹੜਾ ਕਨਸੈਪਟ ਹੈ, ਤੇ 18ਵੀਂ ਸਦੀ 'ਚ ਅਸੀਂ ਸੈਲਫ ਰੂਲ ਐਕਸਰਸਾਈਜ਼ ਵੀ ਕੀਤਾ ਪੂਰੀ ਸਦੀ, ਜਿਹਦੇ 'ਚੋਂ ਰਣਜੀਤ ਸਿੰਘ ਦਾ ਰਾਜ ਨਿਕਲਿਆ। ਇਹ ਸੈਲਫ ਰੂਲ ਦਾ ਜਿਹੜਾ ਸਾਡਾ ਹੈ ਗੱਲ, ਉਸਨੂੰ ਇਹਨਾਂ ਨੇ ਮਿਸਇੰਟਰਪ੍ਰੈਟ ਕੀਤਾ ਕਾਂਗਰਸ ਨੇ, ਕੋਈ ਸ਼ੱਕ ਨਹੀਂ ਇਹਦੇ ਵਿੱਚ, ਇਦੂ ਗੱਲ ਹੋਰ ਹੈ ਨਹੀਂ। ਮਿਸ ਸੈਲਫ ਰੂਲ ਦੀ ਉਹਨਾਂ ਦੇ ਵਿੱਚ ਹਜੇ ਵੀ ਖਾਹਿਸ਼ ਕੜੀ ਹੈ, ਅਜੇ ਵੀ ਜਿਹੜਾ ਆਹ ਸਾਰਾ ਦੌਰ ਪਿਛਲਾ ਨਿਕਲਿਆ ਜਦੋਂ ਜਿਹਦੇ ਵਿੱਚ ਇਹਦੇ 'ਚ ਅੱਜ ਤੱਕ ਵੀ ਜਿਹੜਾ ਸਿੱਖ ਮਾਇੰਡ ਹੈ, ਸਿੱਖ ਜਿਹੜੇ ਮਾਨਸਿਕਤਾ, ਉਹਦੇ ਵਿੱਚ ਸੈਲਫ ਰੂਲ ਵਾਲੀ ਗੱਲ ਫਸੀ ਪਈ ਆ। ਕਦੇ ਰਣਜੀਤ ਸਿੰਘ ਦਾ ਰਾਜ ਦੀ ਨਾਂ ਲੈਂਦੇ ਆ, ਕਦੇ ਖਾਲਿਸਤਾਨ ਦੀ ਨਾਂ ਲੈਂਦੇ ਆ, ਉਹ ਉਹਨਾਂ ਨੂੰ ਇੰਟਰਪ੍ਰੇਟ ਕਰਨਾ ਨਹੀਂ ਆਉਂਦਾ। ਐਕਚੁਅਲੀ ਅਰਜ ਹੈ ਸੈਲਫ ਰੂਲ ਦੀ ਉਹ, ਬਾਕੀ ਠੀਕ ਹੈ ਦੂਜਿਆਂ ਨੇ ਇਸਨੂੰ ਮਿਸਇੰਟਰਪ੍ਰੇਟ ਕਰਨਾ ਹੀ ਸੀ, ਜਦੋਂ ਬਿਲਕੁਲ ਇਹ ਸਾਹਮਣੇ ਹੀ ਹੈ ਸੈਲਫ ਰੂਲ ਵਾਲੀ ਗੱਲ ਨੂੰ ਤੁਸੀਂ ਇੰਟਰਪ੍ਰੇਟ ਕਰ ਸਕਦੇ ਹੋ। ਸਿੱਖ ਅਸਲ ਵਿੱਚ ਕੀ ਹੈ, ਮੈਂ ਇਹਨੂੰ ਥੋੜ੍ਹਾ ਜਿਹਾ ਅੱਗੇ ਜਾਣਾ, ਸਿੱਖ ਕੰਟਰਾਡਿਕਸ਼ਨ 'ਚ ਫਸੇ ਹੋਏ ਆ। ਇੱਕ ਪਾਸੇ ਸੈਲਫ ਰੂਲ ਵਾਲੀ ਗੱਲ ਕਰਦੇ ਆ ਤੇ ਇੰਡੀਅਨਨੈਸ ਆਪਦੀ ਸਾਰੀ ਸ਼ੋਅ ਵੀ ਕਰਦੇ ਵੀ ਅਸੀਂ ਨੈਸ਼ਨਲਿਸਟ ਹੈ, ਅਸੀਂ ਦੇਸ਼ ਦੀ ਆਜ਼ਾਦੀ ਲਈ ਬਹੁਤ ਕੁਰਬਾਨੀਆਂ ਕੀਤੀਆਂ। ਦੂਜੇ ਪਾਸੇ ਨਾਲ ਦੀ ਨਾਲ ਇਹ BJP ਨਾਲ ਵੀ ਚੱਲ ਕੇ ਜਾ ਕੇ ਜਾਂ ਇਹੋ ਜਿਹਾ ਕਰਕੇ ਸਾਰਾ ਸਮਝੌਤਾ ਜਿਵੇਂ ਅਕਾਲੀ ਦਲ ਨੇ ਕੀਤਾ, ਉੱਥੇ ਪੂਰੇ ਨੈਸ਼ਨਲਿਸਟਿਕ ਹੈ, ਇਸ ਕਰਕੇ ਉੱਥੇ ਇਹ ਮਨੋਰਿਟੀ ਵੀ ਨਹੀਂ ਕਹਿੰਦੇ। ਲਗਾਤਾਰ ਇਹਨਾਂ ਨੇ ਪਿਛਲੇ 30-40 ਸਾਲਾਂ ਤੋਂ ਆਪਣੇ ਜਿਹੜੀ ਹੈ ਸਿੱਖ ਪੋਲੀਟਿਕਸ ਹੈ ਜਾਂ ਅਕਾਲੀ ਪੋਲੀਟਿਕਸ ਹੈ, ਉਹਨਾਂ ਨੇ ਆਪਣੇ ਆਪ ਨੂੰ ਮਨੋਰਿਟੀ ਸਮਝ ਕੇ ਨਹੀਂ ਪੋਲੀਟਿਕਸ ਕੀਤੀ। ਮਨੋਰਿਟੀ 'ਚੋਂ ਜੇ ਸਮਝਦੇ ਤਾਂ ਸਾਡੀ ਇਹਦੇ 'ਚ ਰੀਜਨਲ ਪਾਰਟੀ ਕਾਇਮ ਰਹਿਣੀ ਸੀ, ਉਹ ਰਹੀ ਨਹੀਂ, ਇਸੇ ਕਰਕੇ ਇਹ ਨੈਸ਼ਨਲਿਸਟਿਕ ਲੈਵਲ ਦੇ ਸਾਰੇ ਉਸੇ ਫਰਵਰ 'ਚ ਜਾ ਕੇ ਫਸ ਗਏ। ਹੁਣ ਵੀ ਜਦੋਂ ਕੱਲ ਵੀ ਜਥੇਦਾਰ ਨੂੰ ਇਹੀ ਸਾਡੀ ਬੇਨਤੀ ਸੀ ਵੀ ਤੁਸੀਂ ਜਦੋਂ ਕਹਿੰਦੇ ਹੋ ਸਿੱਖ ਬਦਨਾਮ ਕਰਦੇ, ਬਦਨਾਮੀ ਨਹੀਂ ਹੈ ਉਹ, ਬਦਨਾਮ ਦਾ ਮਤਲਬ ਨੂੰ ਤੁਸੀਂ ਪੋਲੀਟੀਕਲੀ ਕੁਆਲੀਫਾਈ ਕਰੋ ਵੀ ਬਦਨਾਮ ਦਾ ਮਤਲਬ ਕੀ ਹੈ, ਉਹਦੀ ਪਰਿਭਾਸ਼ਿਤ ਕਰੋ ਸਾਰੇ ਗੱਲ ਨੂੰ। ਬਦਨਾਮ ਦਾ ਮਤਲਬ ਹੈ ਪੋਲੀਟੀਕਲੀ ਉਹ ਤੁਹਾਨੂੰ ਆਤੰਕਵਾਦੀ, ਅੱਤਵਾਦੀ ਤੇ ਵੱਖਵਾਦੀ ਲੈਵਲ ਤੇ ਤੁਹਾਨੂੰ ਪੇਸ਼ ਕਰਨ ਦੀ ਇਹ ਸਾਰਾ ਨੈਰੇਟਿਵ ਖੜਾ ਕੀਤਾ ਗਿਆ, ਤੇ ਤੁਸੀਂ ਇਹ ਮਨੋਰਿਟੀ ਲੈਵਲ ਉੱਤੇ ਹੋਰ ਮਨੋਰਿਟੀਆਂ ਨਾਲ ਵੀ ਹੋ ਰਿਹਾ ਤੇ ਤੁਹਾਡੇ ਨਾਲ ਵੀ ਹੋ ਰਿਹਾ, ਦੂਜੀਆਂ ਮਨੋਰਿਟੀਆਂ ਨਾਲ ਜਦੋਂ ਕੁਛ ਹੁੰਦਾ ਤੁਸੀਂ ਬਿਲਕੁਲ ਚੁੱਪ ਰਹੇ ਹੁਣ ਤੱਕ ਦੜ ਵੱਟੀ ਰੱਖਿਆ, ਤੇ ਇਸ ਕਰਕੇ ਜਦੋਂ ਹੁਣ ਤੁਹਾਡੇ ਨਾਲ ਹੋਣ ਲੱਗਦਾ, ਹੋਇਆ ਵੀ ਹੈ ਤੇ ਅੱਗੇ ਵੀ ਹੋ ਰਿਹਾ, ਉਦੋਂ ਤੁਸੀਂ ਕੰਟਰਾਡਿਕਸ਼ਨ 'ਚ ਫਸ ਕੇ ਕਦੇ ਇੱਧਰ ਜਾਂਦੇ ਹੋ ਕਦੇ ਇੱਧਰ ਜਾਂਦੇ ਹੋ। ਇਸ ਕਰਕੇ ਸਾਡਾ ਜਿਹੜਾ ਇਸ ਨੂੰ ਜਿਹੜਾ ਵੱਖਵਾਦੀ ਕਰਨ ਦਾ ਅਸੀਂ ਸਕੋਪ ਦਿੱਤਾ, ਅਸੀਂ ਕਦੇ ਨਹੀਂ ਕਿਹਾ ਵੀ ਕੈਬਨਿਟ ਮਿਸ਼ਨ ਵੀ ਇਸੇ ਤਰਜ ਤੇ ਬਣਿਆ ਸੀ ਜਿਹਨੂੰ ਕਾਂਗਰਸ ਨੇ ਦਸਤਖਤ ਕੀਤੇ ਸੀਗੇ ਤੇ ਜਿਨ੍ਹਾਂ ਨੇ ਵੀ ਮੁਸਲਿਮ ਲੀਗ ਨੇ ਵੀ ਕਰਤੇ ਸੀਗੇ, ਨਹਿਰੂ ਨੇ ਵੀ ਕਰਤੇ ਸੀ, ਉਹਨਾਂ ਨੇ ਵੀ ਕਰਤੇ ਸੀਗੇ, ਉਹਨਾਂ ਦੇ ਦਸਤਖਤ ਹੋਏ ਸੀਗੇ 46 'ਚ ਹੀ ਹੋਏ ਸੀ ਨਾਲੇ, ਕੋਈ ਬਹੁਤਾ ਲੰਬੇ ਪਿੱਛੇ ਗੱਲਬਾਤ ਨਹੀਂ ਹੋਈ। ਇਸ ਕਰਕੇ ਅਸੀਂ ਇਹ ਨਹੀਂ ਕਹਿ ਸਕੇ ਲੋਕਾਂ ਨੂੰ ਵੀ ਇਹ ਕੈਬਨਿਟ ਮਿਸ਼ਨ ਦੀ ਤਰਜ ਤੇ ਹੀ ਆ ਸਾਰਾ, ਉਹੀ ਸਾਰੀਆਂ ਮੋਟੇ ਮੋਟੇ ਲੈਵਲ ਦਾ ਪੋਲੀਟੀਕਲ ਜਿਹੜਾ ਸੈਂਟੀਮੈਂਟ ਹੈ ਜਾਂ ਪੋਲੀਟੀਕਲ ਲੈਵਲ ਦੀ ਇੰਟਰਪ੍ਰੀਟੇਸ਼ਨ ਹੈ ਉਹ ਕੈਬਨਿਟ ਮਿਸ਼ਨ ਦੇ ਨੇੜੇ ਤੇੜੇ ਦੀ ਹੈ, ਉੱਥੋਂ ਹੀ ਲਿਆ ਵੀ ਤਿੰਨ ਜਿਹੜੀਆਂ ਵੱਡੀਆਂ ਤਾਕਤਾਂ ਹੈ ਤੇ ਤਿੰਨ ਜਿਹੜੇ ਵੱਡੇ ਹੈ ਸਾਰੇ ਸਬਜੈਕਟ ਉਹ ਸੈਂਟਰ ਕੋਲੇ ਰਹਿਣਗੇ, ਬਾਕੀ ਸਟੇਟਾਂ ਕੋਲੇ ਹੋ ਗਿਆ, ਰੈਜੂਡੂਅਲ ਜਿਹੜੀਆਂ ਪਾਵਰਾਂ ਸਟੇਟਸ ਕੋਲੇ ਹੋਣਗੀਆਂ, ਇਹੀ ਕੈਬਨਿਟ ਮਿਸ਼ਨ ਕਹਿੰਦਾ। ਤੋ ਪੋਲੀਟੀਕਲ ਲੈਵਲ ਤੇ ਅਸੀਂ ਨਹੀਂ ਕਰ ਸਕੇ, ਅਸੀਂ ਇਹ ਕੰਟਰਾਡਿਕਸ਼ਨਾਂ ਵਿੱਚ ਲਗਾਤਾਰ ਫਸੇ ਹਾਂ। ਹੁਣ ਵੀ ਅਸੀਂ ਕਹਿੰਦੇ ਇੱਕ ਪਾਸੇ ਸਾਨੂੰ ਬਦਨਾਮ ਕਰ ਰਹੇ ਹੋ, ਦੂਜੇ ਪਾਸੇ ਇਹ ਨਹੀਂ ਕਹਿੰਦੇ ਵੀ ਅਸੀਂ ਮਨੋਰਿਟੀ ਹਾਂ ਤੇ ਹੋਰ ਮਨੋਰਿਟੀਆਂ ਦੇ ਵੀ ਕੀਤੇ ਜਾ ਰਹੇ, ਅਸੀਂ ਉਹਨਾਂ ਮਨੋਰਿਟੀਆਂ ਨਾਲ ਇਸ ਕਿਸਮ ਦੇ ਸਾਡੇ ਅਲਾਈ ਨਾਲ ਅਸੀਂ ਇਕੱਠੇ ਹੋ ਕੇ ਚੱਲਾਂਗੇ, ਜਿਹੜੇ ਸਾਡੇ ਨੈਚੁਰਲ ਅਲਾਈ ਹੈ। ਇਹ ਹਜੇ ਵੀ ਵਿਚਾਲੇ ਬੇਵ ਕਰਦੇ, ਉਹ ਪ੍ਰੋਬਲਮ ਇਹਨਾਂ ਦੀ ਹੈਗੀ, ਉਹੀ ਅਕਾਲੀ ਦਲ ਦੀ ਪ੍ਰੋਬਲਮ ਹੈ, ਜਿਹਦੇ 'ਚ ਹਜੇ ਤੱਕ ਨਾ ਇਹ ਰੀਜਨਲ ਪਾਰਟੀ ਬਣ ਰਿਹਾ
ਨਾ ਜਿਵੇਂ ਜਗਤਾਰ ਸਿੰਘ ਹੋਰਾਂ ਨੇ ਕਿਹਾ ਕੋਈ ਡਰਾਈਵਿੰਗ ਫੋਰਸ ਐਕਚੁਅਲੀ ਜਿਹੜੀ ਮਿਸਿੰਗ ਹੈ, ਜਿਹੜਾ ਡਰਾਈਵਿੰਗ ਇੰਜਨ ਉਹਨਾਂ ਦਾ, ਉਹ ਜਿਹੜਾ ਇੰਜਨ ਹੈ ਉਹ ਵੀ ਹਜੇ ਮਿਸਿੰਗ ਹੀ ਬੈਠਾ ਹੈ, ਤੇ ਇਸ ਕਰਕੇ ਆਹ ਸਾਰੀਆਂ ਗੱਲਾਂ 'ਚ ਖੜੇ ਆ। ਜੀ, ਮੈਂ ਇੱਥੇ ਨਾਲ ਇੱਕ ਗੱਲ ਹੋਰ ਐਡ ਕਰਦਾ ਜਸਪਾਲ ਹੋਰਾਂ ਦੀ ਗੱਲ ਨੂੰ ਅੱਗੇ ਵਧਾਉਂਦਾ ਹੋਇਆ। ਇਹ ਜਿਹੜਾ ਕੰਸਟੀਟਿਊਐਂਟ ਅਸੈਂਬਲੀ ਦਾ ਪਹਿਲਾ ਰੈਜੋਲੂਸ਼ਨ, ਪੋਲੀਟੀਕਲ ਰੈਜੋਲੂਸ਼ਨ ਹੈ ਜਿਹਦੇ ਏਮ ਤੇ ਆਬਜੈਕਟਿਵਸ ਮੈਂਸ਼ਨਡ ਹੈਗੇ ਆ ਕਿ ਇਹ ਨਵਾਂ ਕੰਸਟੀਟਿਊਸ਼ਨ ਦਾ ਫਰੇਮਵਰਕ ਕੀ ਹੋਏਗਾ, ਜੇ ਉਹ ਪੜ੍ਹੀਏ ਤੇ ਤੁਹਾਨੂੰ ਉਹਦੇ ਵਿੱਚੋਂ ਅਨੰਦਪੁਰ ਸਾਹਿਬ ਦੇ ਮਤੇ ਦੀ ਝਲਕ ਮਿਲਦੀ ਹੈ। ਉਹਦੇ 'ਚ ਉਹਨਾਂ ਨੇ ਕਿਹਾ ਹੋਇਆ ਵੀ ਕਿੰਨੇ ਕਿਹੜੇ ਕਿਹੜੇ ਮਹਿਕਮੇ ਜਾਂ ਕਿਸ ਤਰੀਕੇ ਦੇ ਨਾਲ ਇਹ ਜਿਹੜੀ ਡੀਸੈਂਟਰਲਾਈਜੇਸ਼ਨ ਪਾਵਰ ਹੈ ਇਹ ਹੋਣੀ ਚਾਹੀਦੀ ਹੈ। ਉਹ ਅਲਟੀਮੇਟਲੀ ਇੰਪਲੀਮੈਂਟ ਨਹੀਂ ਹੋਇਆ, ਗੱਲ ਵੱਖਰੀ ਹੈ, ਲੇਕਿਨ ਉਹ ਇੱਕ ਗਾਈਡਿੰਗ ਪ੍ਰਿੰਸੀਪਲ ਉਹਦੇ 'ਚ ਮੌਜੂਦ ਆ ਸਾਰੀ ਗੱਲ। ਇਹਦੇ 'ਚ ਮੈਂ ਵੀ ਥੋੜ੍ਹੀ ਜਿਹੀ ਜਗਤਾਰ ਸਿੰਘ ਦੀ ਗੱਲ 'ਚ ਐਡ ਕਰਦਾ ਵੀ ਇਹਨਾਂ ਨੇ ਮੋਰਚੇ ਦੇ ਦੌਰਾਨ ਦੇ ਵਿੱਚ ਨਾ ਤਾਂ ਕੈਬਨਿਟ ਮਿਸ਼ਨ ਦਾ ਕਿਤੇ ਜ਼ਿਕਰ ਕੀਤਾ, ਕਾਪੀਆਂ ਲੈ ਕੇ ਲੋਕਾਂ ਨੂੰ ਦਿਖਾਉਂਦੇ, ਨਾ ਉਸ ਜਿਹਦੀ ਇਹ ਗੱਲ ਕਰ ਰਹੇ ਹੈ ਉਹ ਜਿਹੜਾ ਏਮ ਦਾ ਓਬਜੈਕਟਿਵ ਸੀ ਜਿਹੜਾ ਪਹਿਲਾਂ ਸਾਰਾ ਦਿੱਤਾ ਲੱਗਿਆ, ਇੱਕ ਪੇਜ ਦਾ ਜਾਂ ਡੇਢ ਪੇਜ ਦਾ, ਉਹਦੇ ਵਿੱਚ ਵੀ ਸਾਰੀ ਇਹ ਝਲਕ ਸੀਗੀ। ਰੈਜੀਡੂਅਲ ਪਾਵਰ ਸਾਰੀਆਂ ਸਟੇਟਾਂ ਕੋਲੇ ਰਹਿਣੀਆਂ ਸੀ, ਫੇਰ ਕੰਸਟੀਟਿਊਸ਼ਨ ਬਣਾਉਣਾ ਸ਼ੁਰੂ ਕੀਤਾ ਸੀ ਉਹਦੀ ਲਾਈਟ ਵਿੱਚ, ਤੇ ਚਲਦੇ ਚਲਦੇ ਬਣਾਉਂਦੇ ਬਣਾਉਂਦੇ ਜਿਹੜਾ ਕੰਸਟੀਟਿਊਐਂਟ ਅਸੈਂਬਲੀ ਨੇ ਸਭ ਕੁਝ ਡਿਲੀਊਟ ਕਰਤਾ। ਉਦੋਂ ਵੀ ਇਹਨਾਂ ਨੇ ਚਲੋ ਦਸਖਤ ਨਹੀਂ ਸੀ ਕੀਤੇ, ਕਿਹਾ ਜਾਂਦਾ ਸਾਰੀ ਗੱਲ ਦਾ, ਇਹ ਸਾਰਾ ਕੁਛ ਡਿਲੀਊਟ ਹੋ ਚੁੱਕਿਆ ਸੀਗਾ, ਇਹਨਾਂ ਦੇ ਸਾਹਮਣੇ ਹੋਇਆ ਸਾਰਾ। ਜਦੋਂ ਕਿਤੇ ਜਦੋਂ ਕੋਈ ਬੱਸ ਮਿਸ ਕਰ ਜੇ ਤੇ ਉਦੋਂ ਪਿੱਛੋਂ ਇਹੋ ਜਿਹਾ ਹੀ ਸਾਰਾ ਕੁਛ ਹੁੰਦਾ। ਇਹ ਆਪਣਾ ਕੇਸ ਰਿਪ੍ਰੈਜੈਂਟ ਪਹਿਲਾਂ ਵੀ ਨਹੀਂ ਕਰ ਸਕੇ, ਹੁਣ ਵੀ ਨਹੀਂ ਕਰਦੇ, ਤੇ ਇਸ ਕਰਕੇ ਸਕੋਪ ਛੱਡਦਿਆਂ ਵੀ ਇਹਨਾਂ ਦੇ ਸਾਰੇ ਡਾਕੂਮੈਂਟ ਨੂੰ ਮਿਸ ਇੰਟਰਪ੍ਰੈਟ ਕੀਤਾ ਜਾ ਸਕੇ। ਕਿਉਂ ਸਕੋਪ ਛੱਡਦੇ? ਪੋਲੀਟੀਕਲ ਪਾਰਟੀਆਂ ਨੂੰ ਪਤਾ ਹੋਣਾ ਚਾਹੀਦਾ ਇਸ ਗੱਲ ਦਾ ਵੀ ਇਹ ਸਾਨੂੰ ਮਿਸ ਇੰਟਰਪ੍ਰੈਟ ਕਰਨਗੇ ਸਾਰੀਆਂ ਜਿਹੜੀਆਂ ਨੈਸ਼ਨਲਿਸਟਿਕ ਫੋਰਸ ਹੈ। ਇਹੀ ਜਿਹੜਾ ਹਜੇ ਤੱਕ ਉਹ ਉਸ ਦਬੰਧ ਦੇ ਵਿੱਚ ਅਕਾਲੀ ਦਲ ਫਸਿਆ ਹੋਇਆ। ਹਾਂਜੀ ਸਰਦਾਰ ਜਗਤਾਰ ਸਿੰਘ ਜੀ, ਹੁਣ ਦੋਨਾਂ ਲਈ ਇੱਕ ਸਵਾਲ ਜਿਹੜਾ ਮੇਰੀ ਜਗਿਆਸਾ ਦਾ ਹੈ, ਕਿਉਂਕਿ ਅਸੀਂ ਅਗਲੀ ਪੀੜ੍ਹੀ ਦੇ ਵਿੱਚ ਫਸ ਜਾਂਦੇ ਆ ਕੇ ਲਗਭਗ 4 ਦਹਾਕੇ ਹੋ ਗਏ ਇਸ ਦਸਤਾਵੇਜ਼ ਨੂੰ ਪੇਸ਼ ਹੋਇਆ, ਤੁਸੀਂ ਅੱਜ ਦੇ ਸੰਦਰਭ ਵਿੱਚ ਅੱਜ 'ਚ ਬੈਠ ਕੇ ਇਹਨੂੰ ਸਮਝਦੇ ਹੋ ਕਿ ਇਹ ਪਰਫੈਕਟ ਸੀਗਾ ਉਸ ਦੌਰ ਦੇ ਵਿੱਚ? ਤੇ ਦੂਜੀ ਗੱਲ, ਅਸੀਂ 4 ਦਹਾਕੇ ਲੰਘਣ ਤੋਂ ਬਾਅਦ ਇਹਨਾਂ ਸੰਤਾਪ ਹੰਢਾ ਕੇ ਕਈ ਕੁਝ ਝੇਲ ਕੇ ਤੇ ਹੁਣ ਜਿੱਥੇ ਖੜੇ ਹਾਂ, ਉਹ ਤੋਂ ਬਾਅਦ ਸਾਡੇ ਕੋਲ ਕੋਈ ਵਿਜਨਰੀ ਤਰੀਕੇ ਨਾਲ ਕੋਈ ਨਵਾਂ ਦਸਤਾਵੇਜ਼ ਪੇਸ਼ ਹੀ ਨਹੀਂ ਹੋ ਸਕਿਆ? ਇਹ ਦੋ ਪਹਿਲੂ। ਜਿਹੜਾ ਕੋਈ ਵੀ ਦਸਤਾਵੇਜ਼ ਹੁੰਦਾ ਹੈ ਉਹ ਆਪਣੇ ਸਮੇਂ ਦੇ ਹਾਣ ਦਾ ਹੁੰਦਾ ਹੈ ਜੀ। ਇਹ 1973 ਦਾ ਮਤਾ ਹੈ ਤੇ ਇਹਨੂੰ ਅਕਾਲੀ ਦਲ ਜਨਰਲ ਹਾਊਸ ਨੇ ਅਡਾਪਟ ਕੀਤਾ ਸੀਗਾ 77 ਦੇ ਵਿੱਚ, ਔਰ 78 ਦੇ ਵਿੱਚ ਜਿਹੜੀ ਲੁਧਿਆਣੇ ਕਾਨਫਰੰਸ ਹੋਈ ਸੀਗੀ ਉਹਦੇ 'ਚ ਇੱਕ ਨਵਾਂ ਪਾਲਸੀ ਪ੍ਰੋਗਰਾਮ ਆ ਗਿਆ ਸੀਗਾ ਜਿਹਦੇ 'ਚ ਇਸ ਮਤੇ ਨੂੰ ਦੀ ਨਵੀਂ ਵਰਸ਼ਨ ਆ ਗਈ ਸੀਗੀ। ਅਸੀਂ ਉਹਨੂੰ ਅਨੰਦਪੁਰ ਸਾਹਿਬ ਦਾ ਮਤਾ ਤਾਂ ਨਹੀਂ ਕਹਿੰਦੇ, ਨਵਾਂ ਪਾਲਸੀ ਪ੍ਰੋਗਰਾਮ ਕਹਿੰਦੇ, ਤੇ ਉਹਦੇ 'ਚ ਇਹ ਬਿਲਕੁਲ ਹੀ ਡਾਇਲੂਟ ਹੋ ਗਿਆ ਸੀਗਾ। ਉਹਦੇ 'ਚ ਲਫ਼ਜ਼ ਪੰਥ ਤਾਂ ਹੈ ਹੀ ਨਹੀਂ ਸੀ ਸਾਰੇ ਡਾਕੂਮੈਂਟ ਦੇ ਵਿੱਚ, ਨਾ ਸਿੱਖ ਸੀ ਨਾ ਪੰਥ ਸੀਗਾ। ਹੁਣ ਟ੍ਰੈਜਡੀ ਇਹ ਹੈ ਕਿ 78 ਦੇ ਵਿੱਚ ਜਦੋਂ ਉਹ ਮਤਾ ਪਾਸ ਕੀਤਾ ਗਿਆ ਲੁਧਿਆਣੇ, ਉਦੋਂ ਪਾਰਟੀ ਸੀ ਪਾਵਰ ਦੇ ਵਿੱਚ। 1980 ਜਦੋਂ ਪਾਰਟੀ ਆਊਟ ਆਫ ਪਾਵਰ ਹੋ ਗਈ, ਇਹਨਾਂ ਨੂੰ 73 ਵਾਲਾ ਮਤਾ ਫਿਰ ਯਾਦ ਆ ਗਿਆ। ਅਗਸਤ 1980 ਜਿਹੜੀ ਵਰਕਿੰਗ ਕਮੇਟੀ ਦੀ ਮੀਟਿੰਗ 2 ਦਿਨ ਹੋਈ, ਉਹਦੇ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਪ੍ਰੈਸ ਨੋਟ ਜਾਰੀ ਕੀਤਾ ਉਹਦੇ ਵਿੱਚ 1973 ਦੇ ਮਤੇ 'ਤੇ ਇਹ ਵਾਪਸ ਚਲੇ ਗਏ। ਮੇਰੇ ਕੋਲ ਪਿਆ ਅੱਜ ਵੀ ਮਤਾ। ਸੋ ਇਹ ਵੇਵਰ ਕਰੀ ਗਏ ਲਗਾਤਾਰ। ਅਕਾਲੀ ਦਲ ਕਦੇ ਖੁਦ ਵੀ ਕਿਸੇ ਪਾਲਸੀ ਪ੍ਰੋਗਰਾਮ 'ਤੇ ਸਟ੍ਰਿਕਟ ਨਹੀਂ ਕੀਤਾ। ਜਿਹੜੀ ਗੱਲ ਤੁਸੀਂ ਪੁੱਛ ਰਹੇ ਹੋ ਵੀ ਅੱਜ ਦੇ ਸੰਦਰਭ ਦੇ ਵਿੱਚ, ਅੱਜ ਦੇ ਸੰਦਰਭ ਦੇ ਵਿੱਚ ਪਾਰਟੀ ਨੂੰ ਸਿਚੁਏਸ਼ਨ ਬਦਲ ਚੁੱਕੀ ਹੈ। ਤੁਸੀਂ ਸੋਸ਼ਲ ਇਕਨੋਮਿਕ ਫੋਰਸਿਸ, ਟੈਕਨੀਕਲ ਜਿਹੜੀ ਚੇਂਜਿਸ ਹੈਗੀਆਂ ਉਹਨਾਂ ਨੂੰ ਆਪਣੇ ਕੰਸਿਡਰ ਕੀਤੇ ਬਿਨਾਂ ਨਵਾਂ ਪਾਲਸੀ ਪ੍ਰੋਗਰਾਮ ਜੇ ਅੱਜ ਬਣਾਓਗੇ ਤੇ ਉਹ ਫਿਊਡਲ ਜਿਹੜਾ ਮਾਈਂਡਸੈਟ ਹੈ ਉਹੀ ਰਿਫਲੈਕਟ ਕਰੇਗਾ, ਮਾਡਰਨਿਟੀ ਉਹਦੇ 'ਚ ਨਹੀਂ ਹੋਏਗੀ। ਅੱਜ ਦਾ ਯੂਥ ਕਿੱਥੇ ਖੜਾ ਹੈ, ਸਿੱਖਾਂ ਦੀਆਂ ਕੀ ਐਸਪੀਰੇਸ਼ਨ, ਅਤੇ ਸਿੱਖ ਗਲੋਬਲ ਹੋ ਚੁੱਕੇ ਹੈ ਅਤੇ ਦੁਨੀਆਂ ਦੀ ਸਰਚ ਕਿੱਥੇ ਜਾ ਰਹੀ ਹੈ, ਉਹਨਾਂ ਨੂੰ ਧਿਆਨ 'ਚ ਰੱਖ ਕੇ ਨਵਾਂ ਪਾਰਟੀ ਪ੍ਰੋਗਰਾਮ ਬਣਾਉਣ ਦੀ ਲੋੜ ਹੈ। ਦਿੱਕਤ ਇਹ ਹੈ ਕਿ 1994 ਤੋਂ ਬਾਅਦ ਅਕਾਲੀ ਦਲ ਨੇ ਕੋਈ ਵੀ ਆਪਣਾ ਸਿਆਸੀ ਪਾਲਸੀ ਪ੍ਰੋਗਰਾਮ ਅੱਜ ਤੱਕ ਨਹੀਂ ਬਣਾਇਆ। ਸਰਦਾਰ ਜਸਪਾਲ ਸਿੰਘ ਸਿੱਧੂ ਸਾਹਿਬ, ਇਹਦੇ 'ਚ ਇਹ ਵੀ ਸਵਾਲ ਉੱਠਦਾ ਹੈ ਕਿ ਉਸ ਦੌਰ ਦੀਆਂ ਕਈ ਮੰਗਾਂ ਐਸੀਆਂ ਸੀ ਜਿਹੜੀਆਂ ਅੱਜ ਦੇ ਦਿਨ 'ਚ ਖੜ ਕੇ ਵੈਸੇ ਹੀ ਇਰਰੈਲੀਵੈਂਟ ਹੋ ਗਈਆਂ। ਜਿਵੇਂ ਉਦੋਂ ਸਭ ਤੋਂ ਵੱਡੀ ਮੰਗ ਸੀ ਕਿ ਅਸੀਂ ਦਰਬਾਰ ਸਾਹਿਬ ਤੋਂ ਕੀਰਤਨ ਰਿਲੇਅ ਕਰਨਾ, ਟਰਾਂਸਮੀਟਰ ਦੀ ਮੰਗ ਸੀ। ਅੱਜ ਸਾਡੇ ਕੋਲ ਉਹ ਸਾਰੇ ਸਰੋਤ ਨੇ, ਅੱਜ ਕਿਸੇ ਦੀ ਪ੍ਰਵਾਨਗੀ ਦੀ ਲੋੜ ਨਹੀਂ।
ਤੇ ਉਹ ਮੰਗ ਜੇ ਅੱਜ ਦੇ ਦਿਨ 'ਚ ਬਹਿ ਕੇ ਦੇਖੀਏ ਤੇ ਅਸੀਂ ਆਪ ਕਰਨਾ ਸੀ ਉਹ ਵੀ ਨਹੀਂ ਕੀਤਾ। ਕੱਲ ਸਿੰਘ ਸਾਹਿਬ ਤੋਂ ਉਮੀਦ ਕੀਤੀ ਜਾਂਦੀ ਸੀ ਕਿ ਉਹਨਾਂ ਨੇ ਪਹਿਲੇ ਕੁਝ ਆਦੇਸ਼ ਜਾਰੀ ਕੀਤੇ ਆ, ਉਹਨਾਂ ਸੰਬੰਧੀ ਵੀ ਉਹ ਸ਼੍ਰੋਮਣੀ ਕਮੇਟੀ ਨੂੰ ਪੁੱਛ ਲੈਂਦੇ ਕਿ ਕੋਈ ਆਪਣਾ ਟਰਾਂਸਮੀਟਰ ਨਹੀਂ ਤੇ ਘੱਟੋ ਘੱਟ 2-4 ਚੈਨਲ ਲਾਓ, ਇੱਕ ਇਤਿਹਾਸ ਨਾਲ ਜੁੜਿਆ, ਇੱਕ ਗੁਰਬਾਣੀ ਨਾਲ ਜੁੜਿਆ, ਕਿੰਨੀ ਉੱਤੇ ਤੱਕ ਪੈਸੇ ਵੀ ਨਹੀਂ ਲੱਗਦੇ, ਕੈਮਰੇ ਤਾਂ ਸਾਰਾ ਸਾਜੋ ਸਮਾਨ ਇਹਨਾਂ ਕੋਲ ਹੈਗਾ ਆਲਰੇਡੀ। ਦੂਜੀ ਗੱਲ ਇਹ ਕਿ ਜੇ ਅੱਜ ਅਸੀਂ ਕੋਈ ਪ੍ਰੋਗਰਾਮ ਬਣਾਉਣਾ ਹੋਵੇ ਉਸ ਦੌਰ ਨੂੰ ਧਿਆਨ ਚ ਰੱਖਦੇ ਆ, ਜੇ ਉੱਥੋਂ ਅਗਲੇ ਪੜਾਅ ਚ ਆਉਣਾ ਹੋਵੇ ਤੇ ਅੱਜ ਸਾਨੂੰ ਉਹਨੂੰ ਅਸੀਂ ਕਿਵੇਂ ਦੇਖ ਸਕਦੇ ਆ ਔਰ ਸਾਡਾ ਵਿਜਨ ਕਿੱਥੇ ਆ ਅੱਜ ਦੇ ਦਿਨ ਦੇ ਵਿੱਚ? ਸਾਡੇ ਕੋਲ ਇੰਟਲੈਕਚੁਅਲਸ ਤੋਂ ਲੈ ਕੇ ਲੀਡਰਸ਼ਿਪ ਤੱਕ ਦਾ ਕਿਹੜੇ ਵਿਅਕਤੀ ਨੇ ਇਸ ਸਾਰੇ ਢਾਂਚੇ ਦੇ ਵਿੱਚ ਜਿਹੜੇ ਇੱਕ ਨਵੇਂ ਤਰੀਕੇ ਨਾਲ ਪੇਸ਼ ਕਰ ਸਕਣ, ਮੰਗਾਂ ਦੇ ਨਜ਼ਰੀਏ ਤੋਂ ਤੇ ਵਿਜਨ ਦੇ ਨਜ਼ਰੀਏ ਤੋਂ? ਦੇਖੋ, ਪਹਿਲੀ ਗੱਲ ਤਾਂ ਇਹ ਤੁਸੀਂ ਜਿਹੜਾ ਕਿਹਾ ਵੀ ਕਈ ਗੱਲਾਂ ਉਸ ਵੇਲੇ ਦੀਆਂ ਜਿਹੜੀਆਂ ਮੰਗਾਂ ਸੀ 30-40, ਉਹਨਾਂ ਚੋਂ ਕੁਛ ਗੱਲਾਂ ਬਿਲਕੁਲ ਹੀ ਰੈਲੇਵੈਂਟ ਹੋ ਚੁੱਕੀਆਂ। ਤੁਸੀਂ ਹੈਰਾਨ ਹੋਵੋਗੇ, ਇੱਥੋਂ ਤੱਕ ਜਿੱਥੋਂ ਤੱਕ ਮੈਂ ਯਾਦ ਮੇਰੇ ਆ ਰਿਹਾ ਵੀ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਹੋ ਕੇ ਹਜੇ ਹਟਿਆ ਹੀ ਸੀ, ਚੱਲ ਹੀ ਰਿਹਾ ਸੀ 7 ਤਰੀਕ ਨੂੰ, ਚਲੋ ਸਾਰਾ ਕੁਛ ਹੋਇਆ। 8 ਤਰੀਕ ਨੂੰ ਇਹਨਾਂ ਨੇ ਗੁਰਬਾਣੀ ਰਿਲੇ ਕਰਨੀ ਸ਼ੁਰੂ ਕਰਤੀ ਸੀ ਦਰਬਾਰ, ਬਿਨਾਂ ਅਨਅਨਾਊਂਸ ਤਰੀਕੇ ਨਾਲ ਸ਼ੁਰੂ ਕਰਤੀ ਸੀਗੀ ਇੱਥੋਂ, ਤੇ ਆ ਕੇ ਸਾਰਾ ਕੁਛ ਸੈੱਟ ਕਰਤਾ ਸੀ। ਸਵਾਲ ਇਹ ਹੈ ਵੀ ਇਹ ਲੋੜ ਮੁਤਾਬਕ ਜਿਸ ਤਰੀਕੇ ਨਾਲ ਸੈਂਟਰ ਨੇ ਕਰਨਾ ਸੀ, ਯੂਜ਼ ਕਰਨਾ ਸੀ, ਕੀਤਾ। ਹੁਣ ਸਵਾਲ ਇਹ ਹੈ, ਜਿਹੜੀ ਇੱਕ ਜਗਤਾਰ ਸਿੰਘ ਹੋਰਾਂ ਨੇ ਗੱਲ ਕਹੀ ਹੈ ਵੀ 94 ਤੋਂ ਬਾਅਦ ਇਹਨਾਂ ਨੇ ਕੋਈ ਪਾਲਿਸੀ ਪ੍ਰੋਗਰਾਮ ਨਹੀਂ ਬਣਾਇਆ। 94 ਤੋਂ ਬਾਅਦ ਸਾਰੇ ਪ੍ਰੋਗਰਾਮ ਜਿਹੜੇ ਹੈਗੇ ਉਹ ਵੋਟ ਬੈਂਕ ਪੋਲੀਟਿਕਸ ਦੇ ਆ। ਪਾਵਰ ਚ ਰਹਿਣ ਲਈ ਇੱਕ ਵੋਟ ਬੈਂਕ ਕਿਵੇਂ ਖੜਾ ਕਰਨਾ, ਕਿਵੇਂ ਉਹਨੂੰ ਬਣਾ ਕੇ ਰੱਖਣਾ ਜਿਹਦੇ ਚੋਂ ਆਹ ਡੇਰਾ ਮੁਖੀ ਸਰਸਾ ਤੇ ਬੇਅਦਬੀਆਂ ਤੇ ਸਾਰਾ ਕੁਛ ਨਿਕਲਦਾ, ਜਾਂ ਹੋਰ ਵੀ ਉਦੋਂ ਪਹਿਲਾਂ ਜਿਹੜੀਆਂ ਸੈਂਟਰ ਦੀ ਜਿਹੜੀ ਨਾਲ ਜੁੜ ਕੇ ਇੱਥੇ ਇੱਥੇ ਜਿੱਤਣਾ, ਇਲੈਕਸ਼ਨ ਜਿੱਤਣਾ, ਜਿਹੜੀਆਂ ਪਹਿਲੀਆਂ ਇਲੈਕਸ਼ਨਾਂ ਇਹ ਵੀ ਜਿੱਤੀਆਂ, ਤੇ ਜੇ ਜਾਂ ਸੈਂਟਰ ਦੇ ਪਿੱਛੋਂ ਵਾਅਦੇ ਕਰਕੇ ਵੀ ਅਸੀਂ ਹੁਣ ਸਾਰਾ ਕੁਛ ਪਹਿਲੀ ਸਰਕਾਰ ਆ ਬਾਦਲ ਦੀ ਸਰਕਾਰ ਵੇਲੇ ਵੀ ਅਸੀਂ ਜਿਹੜੇ ਐਕਸੈਸ ਹੋਇਆ ਉਹਨਾਂ ਦਾ ਹੁਣ ਲੇਖਾ ਜੋਖਾ ਕਰਾਂਗੇ, ਉਹਨਾਂ ਨੂੰ ਐਕਸ਼ਨ ਲਵਾਂਗੇ, ਉਹ ਵੀ ਇੱਕੋ ਦਮ ਰਾਜ ਕਰਨ ਲਈ ਮੁੱਕਰ ਜਾਣਾ। ਇਹ ਸਾਰਾ ਕੁਛ ਜਿਹੜਾ ਹੈ ਉਹ ਵੋਟ ਬੈਂਕ ਕੰਸਲਟੇਸ਼ਨ ਤੋਂ ਹੀ ਹੈ ਸਾਰਾ ਕੁਛ। ਉਹ ਇਸ ਕਰਕੇ ਹੋਰ ਜਿਹੜੀਆਂ ਪਾਰਟੀਆਂ ਉਹ ਵੀ ਵੋਟ ਬੈਂਕ ਦਾ ਕੰਸਲਟੇਸ਼ਨ ਕਰਦੀਆਂ, ਪਰ ਉਹਨਾਂ ਨੇ ਆਪਣਾ ਬੇਸ ਗਵਾਇਆ ਨਹੀਂ। ਜਿਹੜੀਆਂ ਰੀਜਨਲ ਪਾਰਟੀਆਂ ਇੱਥੇ, ਅਕਾਲੀ ਦਲ ਨੇ ਆਪਣਾ ਬੇਸ ਰੱਖਿਆ ਨਹੀਂ, ਜਿਹੜੀ ਇਹਨਾਂ ਦੀ ਪਿਛਲੀ ਡਰਾਈਵਿੰਗ ਫੋਰਸ ਸੀ ਜਿਹੜੀ ਰੀਜਨਲ, ਉਹ ਆਲਮੋਸਟ ਡੈਡ ਹੋ ਗਈ ਹੈ, ਹੁਣ ਇਹਨਾਂ ਤੋਂ ਨਵੀਂ ਖੜੀ ਨਹੀਂ ਹੋ ਰਹੀ, ਤੇ ਇਹ ਹੁਣ ਵੋਟ ਬੈਂਕ ਪੋਲੀਟਿਕਸ ਵਿੱਚ ਹੀ ਫਸੇ ਹੋਏ ਆ। ਉਹੀ ਪਾਵਰ ਪੋਲੀਟਿਕਸ ਲਈ, ਪਾਵਰ ਚ ਆਉਣ ਲਈ ਵੋਟ ਬੈਂਕ ਪੋਲੀਟਿਕਸ ਹੀ ਅੱਜ ਕੱਲ੍ਹ ਸਭ ਤੋਂ ਵੱਡਾ ਤਰੀਕਾ ਹੋ ਗਿਆ। ਉਹ ਹੋਰ ਪਾਰਟੀਆਂ ਵੀ ਕਰ ਰਹੀਆਂ, ਇਹ ਵੀ ਕਰ ਰਹੇ ਆ। ਇਸ ਕਰਕੇ ਇਹ ਕਿੱਕ ਸਟਾਰਟ ਨਹੀਂ ਹੋ ਰਹੇ, ਦੁਬਾਰਾ ਕੋਈ ਇਹਨਾਂ ਚ ਕੋਈ ਉਸ ਕਿਸਮ ਦਾ ਇਨੀਸ਼ੀਏਟਿਵ ਨਹੀਂ ਆ ਰਿਹਾ, ਨਾ ਕੋਈ ਪਾਲਿਸੀ ਪ੍ਰੋਗਰਾਮ ਚੇਂਜ ਹੋ ਰਿਹਾ। ਇਹ ਕੰਟਰਾਡਿਕਸ਼ਨ ਚ ਫਸੇ ਆ, ਦਵੰਦ ਚ ਫਸੇ ਆ, ਹਰ ਲੈਵਲ ਤੇ, ਧਾਰਮਿਕ ਲੈਵਲ ਤੇ, ਪੋਲੀਟੀਕਲ ਲੈਵਲ ਤੇ, ਸੋਸ਼ਲ ਲੈਵਲ ਤੇ। ਆਖਰੀ ਸਵਾਲ ਸਰ ਮੈਂ ਤੁਹਾਨੂੰ ਅਡਰੈਸ ਕਰਨ ਲਈ ਕਹੂੰਗਾ ਕਿ 2012 ਦੇ ਵਿੱਚ ਆ ਕੇ ਤਾਂ ਬਿਲਕੁਲ ਹੀ ਜਿਵੇਂ ਸਿੱਧੂ ਸਾਹਿਬ ਨੇ ਕਿਹਾ ਕਿ ਉਹ ਤਾਂ ਫਿਰ ਮੈਨੇਜਮੈਂਟ ਦਾ ਸਵਾਲ ਆ ਗਿਆ ਸੀ ਨਾ ਕਿ ਇਲੈਕਸ਼ਨ ਜਿੱਤਣ ਚ ਮਾਹਰ ਨੇ ਸੁਖਬੀਰ ਸਿੰਘ ਬਾਦਲ, ਤੇ ਮੰਨ ਲਿਆ ਸਾਰਿਆਂ ਨੇ, ਔਰ ਬਾਦਲ ਸਾਹਿਬ ਮੁੱਖ ਮੰਤਰੀ ਹੁੰਦੇ ਆ ਵੀ ਥੋੜਾ ਪਿੱਛੇ ਚਲੇ ਜਾਂਦੇ ਆ, ਸਾਰਾ ਵਾਗਡੋਰ ਉਹਨਾਂ ਦੇ ਹੱਥ ਵਿੱਚ ਆਉਂਦੀ ਹੈ, ਤੇ ਫਿਰ ਅੱਗੇ ਬਹੁਤ ਭਾਰੀ ਸ਼ਿਕਸ਼ਤ ਵੀ ਮਿਲਦੀ ਹੈ। ਹੁਣ ਵੈਸੇ ਸਾਰੀਆਂ ਪਾਰਟੀਆਂ ਗੈਰ ਰਸਮੀ ਗੱਲਬਾਤ ਦੇ ਵਿੱਚ ਕਹਿੰਦੀਆਂ ਨੇ ਵੱਡੇ ਲੀਡਰ ਕਿ ਪ੍ਰਿੰਸੀਪਲੀ ਤਾਂ ਕੁਛ ਵੀ ਨਹੀਂ, ਸਭ ਕੁਝ ਸਿਧਾਂਤ ਜਾਂ ਕੋਈ ਅਸੂਲ ਜਾਂ ਉਹ ਤਾਂ ਹੁਣ ਹੈ ਹੀ ਨਹੀਂ, ਹੁਣ ਤਾਂ ਇਹ ਰਾਜਨੀਤੀ ਆ ਵਾਰਾ ਖਾਨ ਦੀ, ਔਰ ਸਮੇਂ ਦੇ ਅਨੁਸਾਰ ਜੋ ਜਿੱਥੇ ਜਿਸ ਖਿੱਤੇ 'ਚ ਜਿਸ ਤਰ੍ਹਾਂ ਦੇ ਕੋਈ ਲੋੜ ਹੈ ਉਦਾਂ ਦੇ ਹਥਿਆਰ ਵਰਤ ਲਓ। ਇੱਥੇ ਇੱਕ ਖੜੇ ਹੋ ਕੇ ਤੁਹਾਨੂੰ ਲੱਗ ਰਿਹਾ ਕਿ ਜਲੰਧਰ ਦੀ ਜਿਹੜੀ ਚੋਣ ਹੈ ਜਿਹਨੂੰ ਤੁਸੀਂ ਹੁਣ ਫੋਕਸ ਵਿੱਚ ਰੱਖ ਕੇ ਚੱਲ ਰਹੇ ਹੋ, ਇਹ ਕੋਈ ਨੈਰੇਟਿਵ ਸੈੱਟ ਕਰ ਪਾਊਗੀ, ਕੋਈ ਨੈਰੇਟਿਵ ਕਿਸੇ ਤਰ੍ਹਾਂ ਦਾ? ਕਿਉਂਕਿ ਇੱਥੇ ਫਸੀ ਹੋਈ ਆ ਲੋਕਲ ਸੱਤਾ ਵੀ ਫਸੀ ਹੋਈ ਆ, ਉੱਪਰਲੀ ਸੱਤਾ ਵੀ ਫਸੀ ਹੋਈ ਆ, ਉਹ ਪਾਰਟੀ ਵੀ ਫਸੀ ਹੋਈ ਜਿਹੜੀ 100 ਸਾਲ ਪੁਰਾਣੀ ਹੈ, ਤੇ ਇੱਥੇ ਕਾਂਗਰਸ ਵੀ ਬਹੁਤ ਬੁਰੀ ਤਰ੍ਹਾਂ ਉਲਝੇ ਹੋਏ ਆ। ਮੇਰੇ ਖਿਆਲ ਦੇ ਵਿੱਚ ਜਿਹੜਾ ਨੈਰੇਟਿਵ ਸੈੱਟ ਹੋ ਕੇ ਤੁਸੀਂ ਗੱਲ ਕਰ ਰਹੇ ਹੋ ਨਾ, ਉਹ ਜਿੱਤੇ ਹਾਰ ਦੇ ਨਾਲ ਹੀ ਬਹੁਤਾ ਸੈੱਟ ਹੋਣਾ, ਉਹ ਸਿਰਫ ਇਫੈਕਟਡ ਹੈ ਉਹਦੇ 'ਚ ਆਮ ਆਦਮੀ ਪਾਰਟੀ, ਤੇ ਉਹਦੇ ਨਾਲ ਨੈਰੇਟਿਵ ਪੰਜਾਬ ਦਾ ਜਿਹਨੂੰ ਆਪਾਂ ਕਹੀਏ ਉਹ ਸੈੱਟ ਨਹੀਂ ਹੁੰਦਾ। ਸੈੱਟ ਡਿਪੈਂਡ ਕਰਦਾ ਹੈ ਕਿ ਅਕਾਲੀ ਦਲ ਦੂਜੇ ਨੰਬਰ 'ਤੇ ਆਉਂਦਾ, ਤੀਜੇ ਨੰਬਰ 'ਤੇ ਆਉਂਦਾ, ਅਤੇ ਬੀਜੇਪੀ ਇਹਦੇ ਮੁਕਾਬਲੇ 'ਤੇ ਕਿਸ ਪੁਜੀਸ਼ਨ 'ਤੇ ਆਉਂਦੀ ਹੈ। ਉੱਥੋਂ ਇਹਨਾਂ ਦੋ ਪਾਰਟੀਆਂ ਦੀ ਪੁਜੀਸ਼ਨ 'ਤੇ ਪੰਜਾਬ ਦਾ ਜਿਹੜਾ ਅਗਲਾ ਨੈਰੇਟਿਵ ਹੈ ਉਹ ਮੈਨੂੰ ਲੱਗਦਾ ਕਿ ਸੈੱਟ ਹੋ ਸਕਦਾ ਹੈ, ਅਦਰਵਾਈਜ਼ ਇਹ ਇਸ ਤਰ੍ਹਾਂ ਹੀ ਚਲੇ ਜਾਏਗਾ। ਅਤੇ ਡਿਪੈਂਡ ਕਰਦਾ ਹੈ ਕਿ ਹੁਣ
एक कैंडिडेट किहड़े खड़े करती है ते बीजेपी किहो जिहा कैंडिडेट खड़े करती है। उस लैवल ते नैरेटिव सैक्टर ते मैं इन्हां दोवां दा आपस च कंपीटिशन मानदा। मैं एक छोटी जी गल होर ऐड कर लगे, जो आपां गल करदे हां दरबार साहब तो लाइव प्रोग्राम करन दी, नवे चैनल सैटअप करन दी, जो बीबी जगीर कौर पहली बार प्रधान बने सीगे ते इन्हां दा प्रोग्राम सी कि बाहरों इक्विपमेंट मंगा के ये सिस्टम शुरू किया जाए, तो कहते भी बाहरों ऑफर आ गई है, तो बाहर वाले सिख सानू बहुत वधिया लेटेस्ट डोनेट करन तैयार है जी। तो सडनली उदो फिर किसी होर चैनल नूं गुरबाणी का प्रोग्राम रिले करन दा कॉन्टैक्ट देता गया सी। मैनूं ओह नहीं पता भी होया की सीगा, लेकिन मैनूं इन्ना जरूर याद है। ਇਹ ਤੁਹਾਨੂੰ ਤਾਂ ਇਹ ਵੀ ਯਾਦ ਹੋਣਾ ਫਿਰ ਕਿ ਆ ਹੁਣੇ ਥੋੜੀ ਦੇਰ ਪਹਿਲਾਂ ਜਦੋਂ ਸਿੰਘ ਸਾਹਿਬ ਨੇ ਕਿਹਾ ਸੀਗਾ ਕਿ 7 ਕੁ ਦਿਨ ਦੇ ਵਿੱਚ ਆਪਣਾ ਸ਼ੁਰੂ ਕਰੋ, ਉਦੋਂ ਸਰਕਾਰ ਨੇ ਕਿਹਾ ਸੀ ਕਿ ਅਸੀਂ ਜੋ ਵੀ ਖਰਚਾ ਆਊਗਾ ਦੇਣ ਲਈ ਅਸੀਂ ਤਿਆਰ ਆ। ਬਿਲਕੁਲ ਕਿਹਾ ਸੀ ਉਹਨਾਂ ਨੇ, ਲੇਕਿਨ ਫਿਰ ਉਹਨਾਂ ਨੇ ਜੀ ਪਿਛਲੇ ਸਾਲ ਅਪ੍ਰੈਲ ਦੇ ਵਿੱਚ ਹੀ ਇਹ ਵਾਅਦਾ ਕੀਤਾ ਸੀ। 1 ਸਾਲ ਹੋ ਗਿਆ, ਅਪ੍ਰੈਲ ਦੇ ਵਿੱਚ ਵਾਅਦਾ ਕੀਤਾ ਸੀਗਾ ਵੀ 7 ਦਿਨਾਂ ਚ ਹੋ ਜਾਊ ਜਿਹੜਾ ਤੁਸੀਂ ਕਹਿ ਰਹੇ ਹੋ ਜੀ। ਔਰ ਇਸ ਵੇਲੇ ਜਿਹੜਾ ਲਾਸਟ ਮੈਂ ਸਵਾਲ ਸਰਦਾਰ ਜਗਤਾਰ ਸਿੰਘ ਹੋਰਾਂ ਨੂੰ ਪੁੱਛਿਆ ਸੀਗਾ, ਉਹਦਾ ਮੇਰਾ ਮਕਸਦ ਇਹ ਸੀਗਾ ਕਿ ਸੰਗਰੂਰ ਦੇ ਵਿੱਚੋਂ ਇੱਕ ਨੈਰੇਟਿਵ ਸੈੱਟ ਹੋ ਗਿਆ ਸੀ, ਇੱਕ ਜੇਤੂ ਪਾਰਟੀ ਸੰਗਰੂਰ ਦੇ ਵਿੱਚ ਮੂਤੀ ਵੱਜ ਜਾਂਦੀ ਹੈ ਔਰ ਸੰਗਰੂਰ ਦੇ ਵਿੱਚ ਪੰਥਕ ਵੋਟ ਸਿੱਖ ਮਾਨਸਿਕਤਾ ਉੱਭਰ ਆਉਂਦੀ, ਭਾਵੇਂ ਸਿਮਰਨਜੀਤ ਸਿੰਘ ਮਾਨ ਇਹਨੂੰ ਕੰਟੀਨਿਊਟੀ 'ਚ ਅੱਗੇ ਕੈਰੀ ਨਹੀਂ ਕਰ ਪਾਏ, ਲੇਕਿਨ ਆਮ ਆਦਮੀ ਪਾਰਟੀ ਨੂੰ ਇੱਥੋਂ ਬਹੁਤ ਵੱਡੀ ਸੱਟ ਲੱਗੀ ਹੈ, ਜਿਹੜੀ ਹੁਣ ਇਸ ਇਲੈਕਸ਼ਨ ਦੇ ਵਿੱਚੋਂ ਕੋਈ ਨਵੀਂ ਚੀਜ਼ ਨਵੀਂ ਧਾਰਾ ਨਿਕਲ ਸਕੇ, ਮੈਂ ਇਹਦਾ ਜ਼ਿਕਰ ਕਰ ਰਿਹਾ ਕਿ ਇਹਦੇ ਵਿੱਚ ਮੈਂ ਵੀ ਇਹ ਜ਼ਿਕਰ ਕੀਤਾ ਸੀਗਾ ਕਿ ਸੰਗਰੂਰ ਦੇ ਜਿਹੜਾ ਰਿਜ਼ਲਟ ਸੀ ਉਹਨੇ ਨੈਰੇਟਿਵ ਸੈੱਟ ਨਹੀਂ ਸੀ ਕੀਤਾ ਜੀ, ਉਹ ਸੈਟਬੈਕ ਜ਼ਰੂਰ ਸੀ ਆਮ ਆਦਮੀ ਪਾਰਟੀ ਵਾਸਤੇ, ਬਹੁਤ ਵੱਡਾ ਸ਼ੌਕ ਸੀ, ਸੈਟਬੈਕ ਵੀ ਨਹੀਂ ਸ਼ੌਕ ਸੀ। ਤੇ ਉਸ ਕੰਟੈਕਸਟ ਮੈਂ ਕਹਿੰਦਾ ਕਿ ਜਲੰਧਰ ਦੀ ਇਲੈਕਸ਼ਨ ਦੇ ਜਿਹੜੇ ਰਿਜ਼ਲਟ ਹੈ ਇਹ ਨੈਰੇਟਿਵ ਅਗਲਾ ਸੈੱਟ ਕਰ ਸਕਦੇ ਆ, ਕਿਉਂਕਿ 2024 ਨੇੜੇ ਆ ਗਿਆ। ਜੇ ਪੰਜਾਬ ਦਾ ਨੈਰੇਟਿਵ ਸੈੱਟ ਕਰਨਾ ਤੇ ਇਹਨਾਂ ਨੂੰ SGPC ਜਨਰਲ ਹਾਊਸ ਦੀ ਇਲੈਕਸ਼ਨ ਕਰਾਉਣੀ ਚਾਹੀਦੀ, ਆਪਾਂ ਗੱਲ ਫਿਰ ਕਿਸੇ ਵੇਲੇ ਕਰਾਂਗੇ। ਇਹ ਪਰ ਦੋਨੇ ਪਾਰਟੀਆਂ ਲਈ ਇਹ ਵੀ ਬਹੁਤ ਵੱਡਾ ਸੰਕਟ ਹੈ, ਉੱਪਰਲੀ ਲਈ ਸੱਤਾ ਲਈ ਤੇ ਥੱਲੇ, ਕਿਉਂਕਿ ਇਹ ਹੋਮ ਮਿਨਿਸਟਰੀ ਨੇ ਵੀ ਥੋੜਾ ਜਿਹਾ ਇਹ 'ਚ ਦਖਲ ਦੇਣਾ ਹੈ ਔਰ ਜਿਹੜੀ ਸਟੇਟ ਗਵਰਨਮੈਂਟ ਹੈ ਇਹਦੇ 'ਚ ਇਹਨੇ ਵੀ ਕਾਫੀ ਟੂਲਸ ਮੁਹੱਈਆ ਕਰਾਉਣੇ ਆ। ਮੈਨੂੰ ਲੱਗਦਾ ਹੈ ਉਹ ਇਸ ਧਾਰਾ ਦੇ ਵਿੱਚ ਕੋਈ ਸਾਹਮਣੇ ਖੜੀ ਧਿਰ ਨਹੀਂ ਵੇਖ ਰਹੇ, ਉਹਨਾਂ ਨੂੰ ਲੱਗ ਨਹੀਂ ਰਿਹਾ। ਔਰ ਜੇ ਇੱਥੇ ਸ਼੍ਰੋਮਣੀ ਕਮੇਟੀ ਦੀ ਚੋਣ ਹੁੰਦੀ ਹੈ ਤੇ ਅਕਾਲੀ ਦਲ ਆਪਣੇ ਸੰਗਠਨ ਦੇ ਸਿਰ ਦੇ ਉੱਤੇ ਦੂਜਿਆਂ ਨੂੰ ਬਹੁਤ ਵੱਡੀ ਚੁਣੌਤੀ ਪੇਸ਼ ਕਰ ਸਕਦਾ। ਮੈਨੂੰ ਲੱਗਦਾ ਉਹ ਇਸ ਡਰ ਚੁਲਚੇ ਹੋਇਆ, ਇੱਥੇ ਦੁਬਾਰਾ ਗੱਲ ਕਰਾਂਗੇ ਜੀ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਥੈਂਕ ਯੂ, ਥੈਂਕ ਯੂ ਜੀ।